ਸਾਹਿਬ ਜੀ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਧੰਨ 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 ਜਾਣੇ ਆਇਆ ਜੇ ਪ੍ਰਸਾਦ ਸਭ ਜਗਤ ਤਰਾਇਆ ਜਾਣਿਆ ਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਹੋਵੈ ਸਿਫਤ ਖਸੰਦੀ ਨੂਰ ਹਰ ਸੋ ਕੁਰ ਸੋ ਚਟੀ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਜਾਹੁ ਮਹਾ ਸਿੰਘ ਜਹਿ ਮਮ ਲੋਕ ਬਸੋ ਹੋ ਸਦਾ ਕਵ ਨਹਿ ਤਹਿ ਸ਼ੋਕ ਦੇ ਕਰ ਪ੍ਰਾਨ ਕੀਨੇ ਉਪਕਾਰ ਤਿਸ ਕੋ ਫਲ ਤੋਹੇ ਭਇਓ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ ਹਰ ਰੋਜ਼ ਦੇ ਵਾਂਗ ਜਿੱਥੇ ਆਪਾਂ ਸਤਸੰਗਤ ਦਾ ਆਨੰਦ ਪ੍ਰਾਪਤ ਕਰ ਰਹੇ ਹਾਂ ਉੱਥੇ ਅੱਜ ਨਾਲ ਨਾਲ ਧੰਨ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹਨਾਂ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਵੀ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਜੀਵਨ ਦੇ ਪ੍ਰਥਾਏ ਅਵਤਾਰ ਦੇ ਪ੍ਰਥਾਏ ਵੀ ਆਪਾਂ ਬਚਨ ਸਰਵਣ ਕਰਾਂਗੇ। ਨਾਲ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਚੱਲ ਰਿਹਾ ਹੈ ਉਸਦੀ ਵਿਚਾਰ ਵੀ ਸਰਵਣ ਕਰਾਂਗੇ। ਇਤਿਹਾਸ ਦੇ ਅੰਦਰ ਆਪਾਂ ਇਹ ਬਚਨ ਸਰਵਣ ਕੀਤੇ ਕਿ ਭਾਈ ਮਹਾਂ ਸਿੰਘ ਨੂੰ ਮਹਾਰਾਜ ਕਹਿਣ ਲੱਗੇ, ਮਹਾਂ ਸਿੰਘ ਜੀ ਮੰਗੋ, ਕੀ ਚਾਹੀਦਾ ਹੈ? ਲੋਕ ਪਰਲੋਕ ਦਾ ਸੁੱਖ ਵੀ ਦਿੰਦੇ ਹਾਂ, ਰਾਜ ਵੀ ਦਿੰਦੇ ਹਾਂ, ਮੁਕਤੀ ਵੀ ਦਿੰਦੇ ਹਾਂ। ਅਤੇ ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ, ਜੇ ਆਪ ਦੇਣ ਹੀ ਲੱਗੇ ਹੋ ਤਾਂ ਵਿਦਾਵਾ ਪਾੜ ਕੇ ਸਿੱਖੀ ਨੂੰ ਗੰਢੋ। ਮਹਾਰਾਜ ਜੀ ਕਹਿਣ ਲੱਗੇ, ਭਾਈ ਮਹਾਂ ਸਿੰਘ ਅਸੀਂ ਤੈਨੂੰ ਦੇਣ ਦਾ ਬਚਨ ਕੀਤਾ, ਤੁਸੀਂ ਮੰਗੋ ਵੀ ਤੁਹਾਨੂੰ ਕੀ ਚਾਹੀਦਾ ਹੈ।
ਜਿਹੜੇ ਚਲੇ ਗਏ ਨੇ ਸੋ ਚਲੇ ਗਏ, ਉਹਨਾਂ ਨੂੰ ਵਾਪਸ ਕਿਉਂ ਮੋੜਨਾ ਹੈ? ਅਤੇ ਭਾਈ ਮਹਾਂ ਸਿੰਘ ਨੇ ਆਖਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ, ਪੁੱਤ ਭਾਵੇਂ ਕਪੁੱਤ ਹੋ ਜਾਵੇ, ਮਾਪੇ ਕਦੇ ਕੁਮਾਪੇ ਨਹੀਂ ਹੁੰਦਾ। ਜੇ ਉਹਨਾਂ ਨੇ ਗਲਤੀ ਕੀਤੀ, ਆਪ ਬਖਸ਼ੰਦ ਹੋ, ਆਪ ਪਿਤਾ ਹੋ, ਮਾਫ਼ ਕਰਕੇ ਮਹਾਰਾਜ ਗੱਲ ਲਾ ਲਵੋ। ਇਹੋ ਹੀ ਦਾਤ ਚਾਹੀਦੀ ਹੈ, ਹੋਰ ਨਹੀਂ ਚਾਹੀਦਾ ਕੁਝ। ਮੇਰੀ ਤਮੰਨਾ ਇਹ ਹੈ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਵਿਦਾਵਾ ਪਾੜ ਦਿਓ। ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ ਹਾਂ, ਮਹਾਰਾਜ ਅੱਗੇ ਕਿਵੇਂ ਰਹਿਮਤ ਵਰਤਾਉਂਦੇ ਉਹ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸਾਹਿਬ ਜੀ। ਸੁਣ ਸਤਿਗੁਰ ਤਤਕਾਲ ਨਿਕਾਸਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ, ਕਹਿਣ ਲੱਗੇ ਵਾਹ ਖਾਲਸਾ ਜੀ ਵਾਹ, ਵੱਡੇ ਭਾਰ, ਬੜਾ ਪਾਰੋਪਕਾਰ। ਜੇ ਮਾਂ ਸਿੰਘ ਤੁਸੀਂ ਕਹਿੰਦੇ ਹੋ ਤਾਂ ਅਸੀਂ ਟੁੱਟੀ ਗੰਢ ਲੈਂਦੇ ਹਾਂ, ਟੁੱਟੇ ਸਿੱਖਾਂ ਨੂੰ ਜੋੜ ਦਿੰਦੇ। ਅਤੇ ਭਾਈ ਮਾਂ ਸਿੰਘ ਜੀ ਨੇ ਆਖਿਆ, ਕਹਿਣ ਲੱਗਾ ਮਹਾਰਾਜ ਵੀ ਮੇਰੇ ਸਾਹਮਣੇ ਪਾੜੋ ਕਾਗਜ਼ ਦਾ ਟੁਕੜਾ। ਅਤੇ ਮਹਾਰਾਜ ਜੀਆਂ ਨੇ ਆਪਣੀ ਜੇਬ ਦੇ ਵਿੱਚੋਂ ਕੱਢਿਆ ਫਿਰ ਉਹ ਕਾਗਜ਼, ਅਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਵਿਖਾ ਕੇ ਮਹਾਂ ਸਿੰਘ ਸੋ ਬਾਕ ਪ੍ਰਕਾਸ਼ਾ। ਮਹਾਰਾਜ ਜੀ ਭਾਈ ਮਹਾਂ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਸੁਣੋ ਫਿਰ ਬਚਨ ਭਾਈ ਮਹਾਂ ਸਿੰਘ, ਜੇ ਆਪਣੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਹੀ ਵਿਦਾਵਾ ਪੜਵਾਉਣਾ ਚਾਹੁੰਦੇ ਹੋ ਨਾ ਵੀ ਪਾੜ ਦਈਏ, ਅਤੇ ਫਿਰ ਸਾਡਾ ਬਚਨ ਸੁਣਨਾ ਕਰੋ। ਲਿਹੋ ਬਿਲੋਕ ਪਾੜੈ ਦਿਖ ਰਾਏ। ਸਤਿਗੁਰੂ ਕਹਿਣ ਲੱਗੇ, ਲੈ ਫਿਰ ਵੇਖ ਮਹਾਂ ਸਿੰਘ, ਆਪਣੀਆਂ ਅੱਖਾਂ ਦੇ ਨਾਲ ਵੇਖ, ਤੈਨੂੰ ਵਿਖਾ ਕੇ ਪਾੜ ਦਿੰਦੇ। ਜਦੋਂ ਬਚਨ ਹੀ ਕਰ ਦਿੱਤਾ ਵੀ ਵਿਦਾਵਾ ਖਤਮ ਹੈ, ਸਿੱਖੀ ਜੋੜ ਲਈਏ, ਫਿਰ ਵੀ ਜੇ ਤੇਰੇ ਮਨ ਦੀ ਤਮੰਨਾ ਹੈ ਤਾਂ ਤੈਨੂੰ ਵਿਖਾ ਕੇ ਵੇਖ ਆਪਣੀਆਂ ਫਿਰ ਅੱਖਾਂ ਦੇ ਸਾਹਮਣੇ, ਤੇ ਅਸੀਂ ਪਾੜ ਦਿੰਦੇ ਹਾਂ। ਇਮ ਕਹਿ ਚੀਰਿਓ ਬੀਚ ਬੰਨਾਏ। ਇਸ ਤਰ੍ਹਾਂ ਕਹਿ ਕੇ ਭਾਈ ਮਹਾਂ ਸਿੰਘ ਦੇ ਸਾਹਮਣੇ ਮਹਾਰਾਜ ਨੇ ਕਾਗਜ਼ ਨੂੰ ਵਿੱਚੋਂ ਕਾਰੋਂ ਚੀਰ ਕੇ ਦੋ ਟੋਟੇ ਕਰ ਦਿੱਤੇ। ਵਿਦਾਵੇ ਦਾ ਕਾਗਜ਼ ਕੱਢ ਕੇ ਜੇਬ ਦੇ ਵਿੱਚੋਂ ਅਤੇ ਉਹਦੇ ਦੋ ਹਿੱਸੇ ਕਰ ਦਿੱਤੇ ਵਿੱਚੋਂ ਕਾਰੋਂ, ਭਾਈ ਮਹਾਂ ਸਿੰਘ ਨੂੰ ਵਿਖਾਉਂਦਿਆਂ ਹੋਇਆਂ ਪੜ ਦਿੱਤਾ ਹੈ। ਹੀਰਤ ਹਰਖਮਾਨ ਉਰ ਹੋਵਾ। ਵੇਖ ਕੇ ਭਾਈ ਮਹਾਂ ਸਿੰਘ ਬੜੇ ਖੁਸ਼ ਹੋਏ ਵੀ ਇਹ ਬੜਾ ਵੱਡਾ ਪਾਰੋਪਕਾਰ ਦਾ ਇਹ ਸਮਾਂ ਹੈ ਵੀ ਸਤਿਗੁਰਾਂ ਨੇ ਮੇਰੇ ਕੋਲੋਂ ਸੇਵਾ ਲਈ ਹੈ। ਤਰੁੱਠ ਕੇ ਨੀਚੇ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ ਗਰੀਬ ਨਵਾਜ, ਗੁਸਈਆਂ ਮੇਰਾ ਮਾਥੇ ਛਤਰ ਮਾਥੇ ਛਤਰ। ਇਹ ਸਿਫਤ ਦਾ, ਜਸ ਦਾ, ਵਡਿਆਈ ਦਾ ਇਹ ਛਤਰ ਮਹਾਰਾਜ ਨੇ ਬਖਸ਼ਿਆ ਹੈ, ਬੜੀ ਕਿਰਪਾ ਕੀਤੀ ਮੇਰੇ 'ਤੇ। ਭਾਈ ਮਹਾਂ ਸਿੰਘ ਬੜੇ ਖੁਸ਼ ਹੋਏ ਹਨ। ਕਾਗਜ਼ ਫਟਿਓ ਦਰਸ ਗੁਰ ਜੋਵਾ। ਕਾਗਜ਼ ਪਾੜਿਆ ਭਾਈ ਮਹਾਂ ਸਿੰਘ ਮਹਾਰਾਜ ਦੀ ਗੋਦੀ ਵਿੱਚ, ਪਾਤਸ਼ਾਹ ਜੀ ਵੀਰ ਆਸਣ ਲਾ ਕੇ ਬੈਠੇ ਅਤੇ ਭਾਈ ਮਹਾਂ ਸਿੰਘ ਜੀ ਲੰਮੇ ਪਏ ਹੋਏ। ਅਤੇ ਸਤਿਗੁਰਾਂ ਨੇ ਜਦੋਂ ਕਾਗਜ਼ ਪਾੜਿਆ ਅਤੇ ਕਾਗਜ਼ ਪਾੜਨ ਕਰਕੇ ਉਹ ਕਾਗਜ਼ ਦਾ ਟੁਕੜਾ ਸੀ ਨਾ ਸਾਹਮਣੇ ਚਿਹਰੇ 'ਤੇ, ਜਦੋਂ ਪਾਟਾ ਅਤੇ ਕਾਗਜ਼ ਪਾਸੇ ਹੋ ਗਿਆ ਅਤੇ ਮਹਾਰਾਜ ਦਾ ਦਿਦਾਰਾ ਹੋਇਆ ਹੈ। ਆਇਸ ਦੇਹੋ ਪਰਲੋਕ ਸਿਧਾਵੋ। ਉਸ ਵੇਲੇ ਭਾਈ ਮਹਾਂ ਸਿੰਘ ਨੇ ਫਿਰ ਆਖਿਆ, ਕਹਿਣ ਲੱਗਾ ਮਹਾਰਾਜ ਹੁਣ ਆਗਿਆ ਦੇ ਦਿਓ, ਹੁਣ ਛੁੱਟੀ ਦਿਓ ਮਹਾਰਾਜ। ਇਹ ਪੰਜ ਭੌਤਿਕ ਸਰੀਰ ਛੱਡ ਕੇ ਮੈਂ ਇੱਥੋਂ ਜਾਵਾਂ, ਸੱਚਖੰਡ ਦੀ ਪ੍ਰਾਪਤੀ ਆਪਦੇ ਹਿਰਦੇ ਵਿੱਚ ਸਮਾ ਜਾਵਾਂ। ਮਹਾਰਾਜ ਆਗਿਆ ਦਿਓ, ਹੁਣ ਸੰਸਾਰ ਵਿੱਚ ਕੀ ਕਰਨਾ ਹੈ, ਨਹੀਂ ਚਾਹੀਦਾ ਕੋਈ ਮਾਣ ਸਨਮਾਨ, ਇਹ ਸੰਸਾਰੀ ਪਦਾਰਥ ਨਹੀਂ ਚਾਹੀਦੇ, ਮੈਨੂੰ ਸੱਚਖੰਡ ਜਾਣ ਦੀ ਆਗਿਆ ਦੇਵੋ। ਦਰਸ਼ਨ ਕਰਤ ਅਧਿਕ ਫਲ ਪਾਵੋ। ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਦਾ ਫਲ ਬੜਾ ਵੱਡਾ ਹੈ। ਅੰਤਕਾਲ ਨਾਰਾਇਣ ਸਿਮਰੈ, ਇੱਥੇ ਤਾਂ ਸਿਮਰਨ ਦੀ ਗੱਲ ਹੈ ਵੀ ਜਿਹਨੇ ਸਰੀਰ ਛੱਡਣ ਵੇਲੇ ਰੱਬ ਨੂੰ ਚੇਤੇ ਕਰ ਲਿਆ, ਐਸੀ ਚਿੰਤਾ
ਮੈਂ ਜੇ ਮਰੈ ਐਸੀ ਯਾਦ ਕਰਦਿਆਂ ਕਰਦਿਆਂ ਇਸੇ ਧਿਆਨ ਵਿੱਚ ਜਿਹਨੇ ਸਰੀਰ ਛੱਡ ਦਿੱਤਾ ਹੈ ਬਦਤ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਕੈ ਹਿਰਦੈ ਸਿਧੈ ਵਸੈ। ਪਰ ਗੁਰਮੁਖੋ ਭਾਈ ਮਾਂ ਸਿੰਘ ਦੀ ਅਵਸਥਾ ਤੇ ਉਸ ਤੋਂ ਵੀ ਗਾਂ ਹੈ। ਬਚਨ ਤੇ ਇਹ ਹੈ ਵੀ ਰੱਬ ਨੂੰ ਚੇਤੇ ਕਰਦਿਆਂ ਜਿਹਨੇ ਸਰੀਰ ਛੱਡਿਆ ਉਹ ਰੱਬ ਨੂੰ ਮਿਲ ਪਿਆ ਤੇ ਭਾਈ ਮਾਂ ਸਿੰਘ ਨੇ ਸਰੀਰ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿਦਾਰਾ ਕਰਦਿਆਂ ਹੋਇਆ ਦਰਸ਼ਨ ਕਰਦਿਆਂ ਹੋਇਆ। ਸਿਮਰਨ ਪਹਿਲਾਂ ਹੈ ਦਰਸ਼ਨ ਬਾਅਦ ਵਿੱਚ ਹੈ, ਦਰਸ਼ਨ ਬਾਅਦ ਵਿੱਚ ਹੁੰਦਾ, ਸਿਮਰਨ ਪਹਿਲਾਂ ਕਰੀਦਾ। ਬਚਨ ਤੇ ਸਿਮਰਨ ਕਰਨ ਦਾ ਜਿਹੜਾ ਯਾਦ ਕਰਦਾ ਪਿਆ ਵਾਹ ਭਾਗ ਉਹਦੇ ਚੰਗੇ, ਪਰ ਜਿਹਨੂੰ ਮੰਜ਼ਿਲ ਹੀ ਮਿਲ ਗਈ ਹੈ ਦਰਸ਼ਨ ਹੀ ਹੋ ਗਿਆ ਉਹਦੀ ਉਪਮਾ ਕਹੀ ਨਹੀਂ ਜਾ ਸਕਦੀ। ਭਾਈ ਮਾਂ ਸਿੰਘ ਦੇ ਵੱਡੇ ਭਾਗ ਸਤਿਗੁਰਾਂ ਦੇ ਦਰਸ਼ਨ ਕਰਕੇ ਸਰੀਰ ਛੱਡਿਆ ਹੈ। ਦਰਸ਼ਨ ਕਰਤ ਅਧਿਕ ਫਲ ਪਾਵੋ, ਸਤਿਗੁਰਾਂ ਦਾ ਦਰਸ਼ਨ ਕਰਨ ਦਾ ਵੱਡਾ ਫਲ ਭਾਈ ਮਾਂ ਸਿੰਘ ਨੇ ਪ੍ਰਾਪਤ ਕੀਤਾ ਹੈ। ਜਾਹੋ ਮਹਾਂ ਸਿੰਘ ਜਹ ਮਮਲੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਮਾਂ ਸਿੰਘ ਜੀ ਜਾਓ, ਹੁਣ ਜਿਹੜਾ ਸਾਡਾ ਲੋਕ ਹੈ ਨਾ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ, ਉਹ ਸਾਡਾ ਲੋਕ ਹੈ ਸਾਡੇ ਲੋਕ ਦੇ ਵਿੱਚ ਜਾਓ ਭਾਈ ਮਾਂ ਸਿੰਘ, ਹੁਣ ਤੁਹਾਡਾ ਰਸਤਾ ਨਹੀਂ ਕੋਈ ਰੋਕਦਾ, ਆਪਣੀ ਮੌਜ ਦੇ ਨਾਲ ਸਰੀਰ ਛੱਡ ਕੇ ਚਲੇ ਜਾਣਾ ਕਰੋ। ਸਦਾ ਕਵਨੈ ਤਹਿ ਸ਼ੋਕ, ਮਹਾਰਾਜ ਕਹਿਣ ਲੱਗੇ ਬਿਨਾਂ ਸ਼ੋਕ ਤੋਂ ਜਾ ਕੇ ਉੱਥੇ ਵਸੋ ਜਿੱਥੇ ਕਦੇ ਵੀ ਸ਼ੋਕ ਹੁੰਦਾ ਨਹੀਂ। ਬੇਗਮਪੁਰਾ ਸਹਿਰ ਕੋ ਨਾਓ, ਜਿਹੜਾ ਬੇਗਮ ਹੈ ਜਿੱਥੇ ਗਮ ਹੀ ਕੋਈ ਨਹੀਂ ਹੈ। ਦੁਨੀਆਂ ਵਿੱਚ ਰਹਿੰਦਿਆਂ ਸਾਨੂੰ ਗਮ ਨੇ, ਮੁਸ਼ਕਲਾਂ ਨੇ, ਦੁੱਖ ਨੇ, ਤਕਲੀਫਾਂ ਨੇ, ਲੋੜਾਂ ਨੇ, ਪਰ ਜਿਸ ਘਰ ਦੀ ਗੱਲ ਭਾਈ ਭਗਤ ਰਵਿਦਾਸ ਜੀਆਂ ਨੇ ਕੀਤੀ ਉਹ ਬੇਗਮ, ਜਿੱਥੇ ਗਮ ਕੋਈ ਨਾ ਹੋਵੇ। ਸਤਿਗੁਰੂ ਕਹਿੰਦੇ ਉੱਥੇ ਚਲੇ ਜਾਓ, ਉਹ ਮੰਜ਼ਿਲ ਮਿਲ ਗਈ ਹੈ ਜਿੱਥੇ ਕਦੇ ਵੀ ਦੁੱਖ ਨਹੀਂ ਹੈ। ਦੇ ਕਰ ਪ੍ਰਾਨ ਕੀਨ ਉਪਕਾਰ, ਤੁਸੀਂ ਪ੍ਰਾਨ ਦਿੱਤੇ ਨੇ, ਸ਼ਹਾਦਤ ਦਿੱਤੀ ਹੈ, ਕਾਹਦੇ ਵਾਸਤੇ? ਪਰਉਪਕਾਰ ਕਰਨ ਵਾਸਤੇ। ਬੜਾ ਵੱਡਾ ਪਰਉਪਕਾਰ ਹੈ ਆਪਣਾ ਤਨ ਦੇ ਕੇ, ਆਪਣੀ ਕੁਰਬਾਨੀ ਦੇ ਕੇ, ਆਪਣਾ ਸੀਸ ਵਾਰ ਕੇ ਸੇਵਾ ਕਰਨੀ। ਇਹ ਸੇਵਾ ਮਹਾਰਾਜ ਨੇ ਖਾਲਸੇ ਨੂੰ ਸਿਖਾਈ ਹੈ, ਖਾਲਸੇ ਦੇ ਹਿੱਸੇ ਆਈ ਇਹ ਸੇਵਾ। ਜਨ ਪਾਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲੇ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਭਾਈ ਮਾਂ ਸਿੰਘ ਆਪਣਾ ਤਨ ਅੱਜ ਲੇਖੇ ਲਾ ਕੇ ਸੇਵਾ ਕਰਦਿਆਂ ਹੋਇਆਂ ਟੁੱਟੀ ਗੰਢਾ ਕੇ ਪਰਉਪਕਾਰ ਕਰਕੇ ਸੰਸਾਰ ਤੋਂ ਪਾਤਸ਼ਾਹ ਕਹਿੰਦੇ ਜਾਣਾ ਕਰੋ। ਇਸ ਕੋ ਫਲ ਤੋਂ ਭਇਓ ਅਪਾਰ, ਇਹਦਾ ਫਲ ਬੇਅੰਤੀ ਮਿਲੇਗਾ, ਬੇਅੰਤੀ ਮਿਲੇਗਾ, ਇਹਦਾ ਫਲ ਕਿਹਾ ਹੀ ਨਹੀਂ ਜਾ ਸਕਦਾ ਹੈ। ਪਿੱਛੇ ਆਪਾਂ ਇੱਕ ਸਾਖੀ ਸਰਵਣ ਕੀਤੀ ਸੀ ਨਾ ਵੀ ਇੱਕ ਮੁਸਲਮਾਨ ਫਕੀਰ ਨੇ ਆਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਸਰਾਵਾਂ 'ਤੇ ਘਰ ਕਿਉਂ ਬਣਾਉਂਦੇ ਪਏ, ਅਤੇ ਮਹਾਰਾਜ ਨੇ ਆਖਿਆ ਸੀ ਰਾਤ ਰਵੇਗਾ ਅਤੇ ਪਤਾ ਲੱਗੇਗਾ। ਰਾਤ ਨੂੰ ਸੁਪਨੇ ਦੇ ਵਿੱਚ ਇੱਕ ਵਿਅਕਤੀ ਸਵਰਗਾਂ ਦੇ ਆਨੰਦ ਲੈਂਦਾ ਪਿਆ, ਤਾਂ ਉਹਨੂੰ ਪੁੱਛਿਆ ਸੀ ਇਸ ਪੀਰ ਨੇ ਵੀ ਸਵਰਗਾਂ ਦੇ ਇੰਨੇ ਆਨੰਦ ਕਿਵੇਂ ਮਿਲਦੇ ਪਏ। ਕਹਿਣ ਲੱਗਾ ਬਸ ਇੰਨੇ ਆਨੰਦ ਇਸੇ ਕਰਕੇ ਹੀ ਮਿਲੇ, ਕੋਈ ਰਾਹਗੀਰ ਮੇਰੀ ਗੁਫਾ ਵਿੱਚ ਆ ਕੇ ਰਾਤ ਰਹਿ ਪਏ ਸਨ, ਮੈਂ ਜਾਣਿਆ ਵੀ ਇੱਕ ਤਾਂ ਮੈਨੂੰ ਵੇਖ ਕੇ ਭਾਜੀ ਨਾ ਜਾਣ, ਮੈਂ ਬਾਹਰ ਹੀ ਬੈਠਾ ਰਿਹਾ, ਇੱਕ ਰਾਤ ਮੇਰੇ ਘਰ ਵਿੱਚ ਰਹਿ ਨੇ, ਉਹਨਾਂ ਦੀ ਸੇਵਾ ਦਾ ਫਲ ਮੈਨੂੰ ਇਹ ਮਿਲਿਆ ਹੈ, ਇੰਨਾ ਕੁ ਪਰਉਪਕਾਰ ਕੀਤਾ ਵੀ ਇੱਕ ਰਾਤ ਆਪਣੇ ਘਰ ਵਿੱਚ ਹੀ ਰੱਖਿਆ, ਮੇਰੇ ਘੁਰਨੇ ਵਿੱਚ ਰਹਿ, ਅਤੇ ਮੈਨੂੰ ਇਹ ਸਵਰਗਾਂ ਦਾ ਆਨੰਦ ਮਿਲਦਾ ਪਿਆ। ਭਾਈ ਮਾਂ ਸਿੰਘ ਨੇ ਤਾਂ ਟੁੱਟੀ ਗੰਢਾਈ ਹੈ, ਇਹਦੇ ਪਰਉਪਕਾਰ ਦੀ ਤਾਂ ਤੁਲਨਾ ਕੀਤੀ ਨਹੀਂ ਜਾ ਸਕਦੀ ਹੈ। ਦੁਨੀਆਂ 'ਤੇ ਕੋਈ ਵੀ ਵਿਅਕਤੀ ਇਸ ਪਰਉਪਕਾਰ ਦੀ ਤੁਲਨਾ ਨਹੀਂ ਕਰ ਸਕਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁੱਖ ਦੇ ਬਚਨ ਨੇ, ਪਾਤਸ਼ਾਹ ਕਹਿਣ ਲੱਗੇ
ਇਹਦਾ ਅਪਾਰ ਸੁੱਖ ਮਿਲੇਗਾ ਜਿਹਦਾ ਕੋਈ ਵਰਣਨ ਹੀ ਨਹੀਂ ਕਰ ਸਕਦਾ ਹੈ। ਐਸਾ ਪਰਉਪਕਾਰ ਕਰਕੇ ਚੱਲੇ ਹੋ। ਸਤਿਗੁਰ ਬਚਨ ਹੋਤ ਭਾਜਬੈ। ਜਦੋਂ ਮਹਾਰਾਜ ਜੀਆਂ ਦੇ ਬਚਨ ਹੋਏ ਨਾ ਵੀ ਭਾਈ ਮਹਾਂ ਸਿੰਘ ਜੀ ਜਾਓ ਹੁਣ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੋ, ਜਦੋਂ ਇਹ ਬਚਨ ਹੋਏ ਹਨ, ਮਹਾਂ ਸਿੰਘ ਤਨ ਤਿਆਗਿਓ ਤਬੈ। ਉਸ ਵੇਲੇ ਭਾਈ ਮਹਾਂ ਸਿੰਘ ਨੇ ਆਪਣਾ ਇਹ ਪੰਜ ਭੌਤਿਕ ਜਿਹੜਾ ਸਰੀਰ ਸੀ ਨਾ ਇਹ ਛੱਡ ਦਿੱਤਾ। ਜਿਹੜੇ ਸਵਾਸ ਚੱਲਦੇ ਪਏ ਸਨ, ਨਿਤਰਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਦਾ ਪਿਆ ਸੀ ਨਾ, ਸਤਿਗੁਰਾਂ ਨੇ ਆਖਿਆ ਜਾਓ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੋ, ਅਪਾਰ ਸੁੱਖ ਮਿਲੇਗਾ। ਅਤੇ ਭਾਈ ਮਹਾਂ ਸਿੰਘ ਜੀ ਉਸ ਵੇਲੇ ਮਹਾਰਾਜ ਦੀ ਆਗਿਆ ਪਾ ਕੇ ਆਪਣਾ ਸਰੀਰ ਛੱਡ ਕੇ ਸੱਚਖੰਡ ਨੂੰ ਚੱਲ ਪਏ ਹਨ। ਪ੍ਰਭ ਪਿਖ ਇਤੋਂ ਝਾੜ ਉਜਾੜ। ਸਤਿਗੁਰੂ ਮਹਾਰਾਜ ਨੇ ਵੇਖਿਆ ਵੀ 40 ਦੇ 40 ਸਿੰਘ ਸ਼ਹੀਦੀ ਪਾ ਗਏ ਨੇ। ਭਾਈ ਮਹਾਂ ਸਿੰਘ ਹੀ ਇਕੱਲੇ ਅਜੇ ਸਾਹ ਚੱਲਦੇ ਸਨ, ਬਾਕੀ ਤਾਂ ਪਹਿਲਾਂ ਹੀ ਸ਼ਹੀਦ ਹੋ ਗਏ। ਹੁਣ ਗੁਰੂ ਦਾ ਅਤੇ ਸਿੱਖ ਦਾ ਕੀ ਪਿਆਰ ਹੈ, ਨੌਕਰ ਦਾ ਅਤੇ ਮਾਲਕ ਦਾ ਕੀ ਪਿਆਰ ਹੈ, ਇਹ ਮਹਾਰਾਜ ਇੱਥੇ ਸਮਝਾਉਣ ਲੱਗੇ। ਸਤਿਗੁਰਾਂ ਨੇ ਵੇਖਿਆ ਵੀ ਇੱਧਰ ਉੱਧਰ ਉਜਾੜ ਹੈ, ਜੰਗਲ ਹੀ ਜੰਗਲ, ਬੀਆ ਹੀ ਬਾਣ ਹੈ। ਅਤੇ ਜੰਗਲ ਵੇਖ ਕੇ ਮਹਾਰਾਜ ਸਾਹਿਬ ਜੀ ਬੋਲੇ, ਸ਼੍ਰੀ ਮੁਖ ਸੁਨੋ ਬਿਰਾੜ। ਮਹਾਰਾਜ ਕਹਿਣ ਲੱਗੇ ਬਰਾੜ ਸੂਰਮਿਓ, ਮਹਾਰਾਜ ਨੇ ਬਰਾੜ ਸਿਪਾਹੀ ਭਰਤੀ ਕੀਤੇ ਸਨ ਆਪਣੀ ਫੌਜ ਵਿੱਚ, ਇਸੇ ਇਲਾਕੇ ਦੇ ਹੀ ਸਨ। ਮਹਾਰਾਜ ਕਹਿਣ ਲੱਗੇ ਬਰਾੜ ਗੁਰਮੁਖੋ ਗੋਤ ਹੈ ਜੱਟਾਂ ਦੇ ਅੰਦਰ, ਉਹ ਮਹਾਰਾਜ ਨੇ ਉਸ ਇਲਾਕੇ ਦੇ ਬੰਦੇ ਭਰਤੀ ਕੀਤੇ। ਪਾਤਸ਼ਾਹ ਕਹਿੰਦੇ ਬਰਾੜੋ ਸਾਡੀ ਗੱਲ ਸੁਣਨਾ ਕਰੋ, 40 ਸਿੰਘਾਂ ਲੋਥੇ ਉਠਾ, 40 ਸਿੰਘਾਂ ਦੇ ਸਰੀਰ ਚੁੱਕ ਲਓ। ਸਾਡੇ 40 ਸਿੰਘ ਇੱਥੇ ਸ਼ਹਾਦਤ ਪ੍ਰਾਪਤ ਕਰਕੇ ਗਏ ਨੇ, ਇਹਨਾਂ 40 ਦੇ ਸਰੀਰ ਚੁੱਕਣਾ ਕਰੋ। ਇੰਧਨ ਗਨ ਬਟੋਰ ਕਰ ਲਿਆਵੋ, ਲੱਕੜਾਂ ਲਿਆਓ ਅਤੇ ਸੰਸਕਾਰ ਕਰੀਏ। ਗੁਰਮੁਖੋ ਸਿੱਖਾਂ ਨੇ ਸ਼ਹੀਦੀ ਦਿੱਤੀ ਹੈ, ਅਤੇ ਮਹਾਰਾਜ ਕਹਿੰਦੇ ਲੱਕੜਾਂ ਲਿਆਓ, ਇਹਨਾਂ ਦੇ ਸਰੀਰ ਐਵੇਂ ਨਹੀਂ ਛੱਡ ਕੇ ਜਾਣੇ, ਇਹਨਾਂ ਦਾ ਸੰਸਕਾਰ ਕਰਨਾ। ਇਹਨਾਂ ਨੇ ਟੁੱਟੀ ਨੂੰ ਗੰਢਾਇਆ ਹੈ, ਇਹਨਾਂ ਨੇ ਗੁਰੂ ਦੀ ਸੇਵਾ ਕੀਤੀ ਹੈ। ਅਤੇ ਦੂਸਰੇ ਪਾਸੇ ਤੁਸੀਂ ਇਤਿਹਾਸ ਸਰਵਣ ਕੀਤਾ ਹੈ, ਵਜ਼ੀਰ ਖਾਨ ਦੇ ਸਿਪਾਹੀ ਮਰ ਗਿਆ ਜੰਗ ਦੇ ਵਿੱਚ, ਵੱਡੇ ਵੱਡੇ ਸੈਨਾਪਤੀ ਫੌਜ ਦੇ ਜਰਨੈਲ ਮਰ ਗਿਆ ਜੰਗ ਦੇ ਵਿੱਚ। ਅਤੇ ਉਸ ਵੇਲੇ ਪੁੱਛਿਆ ਕਪੂਰੇ ਚੌਧਰੀ ਨੂੰ, ਕਹਿਣ ਲੱਗਾ ਕਪੂਰਿਆ ਜੇ ਇਹਨਾਂ ਨੂੰ ਆਪਾਂ ਦਫਨਾਈਏ ਕਬਰ ਪੱਟ ਕੇ ਤਾਂ ਕਿੰਨਾ ਟਾਈਮ ਲੱਗੇਗਾ। ਅਤੇ ਕਪੂਰੇ ਚੌਧਰੀ ਨੇ ਆਖਿਆ, ਕਹਿਣ ਲੱਗਾ 2 ਦਿਨ ਲੱਗਣਗੇ, ਦੋਵਾਂ ਦਿਨਾਂ ਵਿੱਚ ਦਫਨਾਏ ਜਾਣਗੇ। ਪਰ ਇੱਕ ਗੱਲ ਹੈ ਵਜ਼ੀਰ ਖਾਨ, ਜੇ ਇਹਨਾਂ ਨੂੰ ਦਫਨਾਇਆ ਨਾ ਤਾਂ ਆਪਣੀਆਂ ਕਬਰਾਂ ਨਾਲ ਹੀ ਪੱਟਣੀਆਂ ਪੈਣੀਆਂ ਇਹਨਾਂ ਦੇ। ਕਹਿਣ ਲੱਗਾ ਕਿਉਂ? ਅਤੇ ਕਪੂਰੇ ਨੇ ਆਖਿਆ ਵੀ ਪਿਆਸ ਆਪਾਂ ਨੂੰ ਵੀ ਲੱਗੀ ਹੈ, ਅਤੇ ਪਿਆਸ ਤੋਂ ਬਿਨਾਂ ਤਾਂ ਮਰ ਹੀ ਜਾਣਾ, 2 ਦਿਨ ਕਬਰਾਂ ਪੱਟਾਂਗੇ ਅਤੇ ਪਿਆਸੇ ਤਾਂ ਫਿਰ ਮਰਾਂਗੇ ਹੀ ਨਾ ਨਾਲ ਇਹਨਾਂ ਦੇ। ਇੰਨੀ ਗੱਲ ਸੁਣਦਾ ਗਿਆ ਵਜ਼ੀਰ ਖਾਨ, ਅਤੇ ਉਸੇ ਵੇਲੇ ਆਪਣੇ ਘੋੜੇ ਦੀ ਵਾਕ ਘੁਮਾ ਕੇ ਪਿੱਛੇ ਨੂੰ ਮੁੜ ਪਿਆ। ਕਹਿਣ ਲੱਗਾ ਰਹਿਣ ਦਿਓ, ਮਰੇ ਤਾਂ ਮਰ ਗਿਆ ਸੀ, ਇਹਨਾਂ ਦੇ ਨਾਲ ਕਿਉਂ ਮਰੀਏ? ਆਪਣੇ ਮਰੇ ਹੋਏ ਫੌਜ ਦੇ ਸਿਪਾਹੀ, ਮਰੇ ਹੋਏ ਜਰਨੈਲ ਉਹਨਾਂ ਦੀ ਕਬਰ ਪੱਟ ਕੇ ਵਜ਼ੀਰੇ ਨੇ ਉਹਨਾਂ ਦੇ ਅੰਤਮ ਕਿਰਿਆ ਨਹੀਂ ਕੀਤੀ ਹੈ। ਇਤਿਹਾਸ ਵਿੱਚ ਇੱਥੋਂ ਤੱਕ ਬਚਨ ਲਿਖਿਆ ਵੀ ਜਿਹੜੇ ਜਿਉਂਦੇ ਸਨ ਨਾ, ਅਜੇ ਫੱਟੜ ਹੀ ਹੋਏ ਸਨ, ਕਿਸੇ ਦੀ ਲੱਤ ਵੱਢੀ ਹੋਈ ਹੈ, ਕਿਸੇ ਦੀ ਬਾਂਹ ਵੱਢੀ ਹੋਈ ਹੈ, ਕਿਸੇ ਨੂੰ ਬਹੁਤਾ ਡੂੰਘਾ ਜ਼ਖਮ ਲੱਗਾ ਵੀ ਉਹ ਤੁਰ ਨਹੀਂ ਸਕਦਾ, ਉਹਨਾਂ ਨੇ ਬਥੇਰੀ ਹਾਲ ਦੁਹਾਈ ਕੀਤੀ, ਉਹ ਸਾਨੂੰ ਲੈ ਹੀ ਚੱਲੋ ਜ਼ਖਮੀਆਂ ਨੂੰ। ਵਜ਼ੀਰਾ ਕਹਿਣ ਲੱਗਾ ਨਹੀਂ, ਇਹਨਾਂ ਨੂੰ ਚੁੱਕੇ ਕਿਹੜਾ ਲੈ ਕੇ ਜਾਵੇ, ਇਹਨਾਂ ਜਿਹੜੇ ਫੱਟੜ ਹੋਏ ਨੇ ਇਹਨਾਂ ਨੂੰ ਵੀ ਇੱਥੇ ਹੀ ਰਹਿਣ ਦਿਓ, ਜੰਗਲ ਦੇ ਜਾਨਵਰ ਆਉਣਗੇ ਇਹਨਾਂ ਨੂੰ ਨੋਚ ਨੋਚ ਕੇ ਖਾ ਲੈਣਗੇ। ਵਜ਼ੀਰ ਖਾਨ ਵਾਸਤੇ ਵਜ਼ੀਰ ਖਾਨ ਦੀ ਫੌਜ ਲੜੀ ਹੈ, ਮਰਿਆਂ ਨੂੰ ਚੁੱਕਣਾ ਤਾਂ ਦੂਰ ਦੀ ਗੱਲ, ਜ਼ਖਮੀਆਂ ਨੂੰ ਵੀ ਚੁੱਕੇ ਨਹੀਂ ਲੈ ਕੇ ਗਿਆ, ਜ਼ਖਮੀ ਵੀ ਉੱਥੇ ਹੀ ਛੱਡਤੇ ਵੀ ਇੱਥੇ ਵਿਲਕ ਵਿਲਕ ਕੇ ਮਰ ਜਾਣ।
ਦੂਸਰੇ ਪਾਸੇ ਗੁਰੂ ਐਸਾ ਹੈ, ਸਿੰਘ ਸ਼ਹਾਦਤ ਪ੍ਰਾਪਤ ਕਰ ਗਏ, ਮਹਾਰਾਜ ਕਹਿੰਦੇ ਭਾਈ ਲੱਕੜਾਂ ਇਕੱਠੀਆਂ ਕਰੋ। ਜਿੰਨਾ ਚਿਰ ਇਹਨਾਂ ਦਾ ਸੰਸਕਾਰ ਨਹੀਂ ਹੋਵੇਗਾ ਅਸੀਂ ਜਾਣਾ ਨਹੀਂ, ਇਹਨਾਂ ਦਾ ਸੰਸਕਾਰ ਕਰਾਂਗੇ ਫਿਰ ਜਾਵਾਂਗੇ। ਅਤੇ ਬਰਾੜ ਸੂਰਮੇ ਸਨ ਮਹਾਰਾਜ ਦੇ ਨਾਲ, ਉਸੇ ਵੇਲੇ ਹੁਕਮ ਹੋਇਆ ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜਾਂ, ਡਿੱਗੇ ਹੋਏ ਰੁੱਖ, ਵੱਢੀਆਂ ਹੋਈਆਂ ਟਾਹਣੀਆਂ ਇਕੱਠੀਆਂ ਕਰਕੇ ਇੱਕ ਬੜੀ ਵੱਡੀ ਫਿਰ ਚਿਖਾ ਤਿਆਰ ਕੀਤੀ। ਇਹ ਹੈ ਗੁਰੂ ਅਤੇ ਸਿੱਖ ਦੇ ਪਿਆਰ ਦਾ ਫਰਕ, ਅਤੇ ਦੂਜੇ ਪਾਸੇ ਹੈ ਮਾਲਕ ਅਤੇ ਨੌਕਰ ਦਾ ਆਪਸੀ ਰਿਸ਼ਤਾ, ਇਹ ਫਰਕ ਹੁੰਦਾ ਹੈ ਸੇਵਾ ਵਾਲਿਆਂ ਦਾ, ਇਹ ਫਰਕ ਹੁੰਦਾ ਤਨਖਾਹ ਵਾਲਿਆਂ ਦਾ। ਰੋ ਵਿਚਾਰ ਇਹ ਹੈ ਵੀ ਮਹਾਰਾਜ ਨੇ ਆਖਿਆ ਵੀ ਲਿਆਓ ਭਾਈ ਲੱਕੜਾਂ ਇਕੱਠੀਆਂ ਕਰਨੀਆਂ ਕਰੀਏ, ਥਲ ਦੀਰਘ ਚਿਤਾ ਬਣਾਵੋ। ਉਸ ਵੇਲੇ ਮਹਾਰਾਜ ਜੀ ਨੂੰ ਪੁੱਛਿਆ, ਸਤਿਗੁਰੂ ਜੀ ਇਹ ਲੱਕੜਾਂ ਕਿੱਥੇ ਵੱਖਰੀਆਂ ਵੱਖਰੀਆਂ ਚਿਖਾ ਤਿਆਰ ਕਰੀਏ? ਪਾਤਸ਼ਾਹ ਕਹਿਣ ਲੱਗੇ, ਨਹੀਂ, ਇੱਕੇ ਥਾਂ 'ਤੇ ਇਕੱਠੀਆਂ ਇਕੱਠੀ ਚਿਖਾ ਤਿਆਰ ਕਰ ਦਿਓ ਵੱਡੀ ਸਾਰੀ। ਅੱਜ ਸਾਡੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਜਾਂ ਭਰਮ ਨੇ, ਜੇ ਕੋਈ ਵਿਅਕਤੀ ਮਰ ਗਿਆ ਉਹਦੇ ਵਾਸਤੇ ਇੰਨੇ ਮਨ ਲੱਕੜਾਂ ਹੋਣਗੀਆਂ ਅਤੇ ਤਾਂ ਜੇ ਵੱਧ ਗਈਆਂ ਤਾਂ ਵੀ ਮਾੜਾ ਸਮਝਿਆ ਜਾਂਦਾ, ਘੱਟ ਗਈਆਂ ਤਾਂ ਵੀ ਮਾੜਾ, ਇਹੋ ਜਿਹਾ ਭਰਮ। ਮਰੇ ਹੋਏ ਬੰਦੇ ਦੀ ਸਰੀਰ ਨੂੰ ਸਾਂਭਣ ਵਾਸਤੇ ਵੀ ਲੱਕੜਾਂ ਦੀ ਬਿਣਤੀ ਚੱਲਦੀ ਹੈ ਵੀ ਇੰਨੀਆਂ ਹੋਣਗੀਆਂ ਅਤੇ ਤਾਂ ਪੌਣੇ 9 ਮਨ ਹੋਣ ਅਤੇ ਤਾਂ, ਜੇ ਵੱਧ ਗਈਆਂ ਤਾਂ ਫਿਰ ਕਿਹੜਾ ਉਹਦੀ ਅੱਗ ਨੇ ਉਹਨੂੰ ਬਚਾ ਲੈਣਾ, ਘੱਟ ਗਈਆਂ ਤਾਂ ਤਾਂ ਕਿਹੜਾ ਉਹ ਬਚ ਲਿਆ, ਭੋਜਨ ਵਾਲੇ ਨੇ ਤਾਂ ਭੁੱਜ ਹੀ ਜਾਣਾ, ਪਰ ਵਹਿਮਾਂ 'ਚ ਪੈ ਗਏ ਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਵਹਿਮ ਤੋਂ ਕੱਢਦੇ ਆਪਣੇ ਸਿੱਖਾਂ ਨੂੰ। ਮਹਾਰਾਜ ਕਹਿੰਦੇ ਇੱਕੋ ਹੀ ਚਿਖਾ ਤਿਆਰ ਕਰੋ ਵੱਡੀ ਸਾਰੀ, ਲੱਕੜਾਂ ਲਿਆਓ ਇਕੱਠੀਆਂ, ਕੋਈ ਗਿਣਤੀ ਮਿਣਤੀ ਨਹੀਂ ਹੈ। ਅਤੇ ਪਾਤਸ਼ਾਹ ਦਾ ਹੁਕਮ ਉਸ ਵੇਲੇ ਹੋਇਆ ਹੈ, ਸਸਕਾਰੋ ਸਭ ਬਿਲਮ ਨਾ ਲਾਵੋ। ਮਹਾਰਾਜ ਕਹਿੰਦੇ ਭਾਈ ਹੁਣ ਦੇਰੀ ਨਾ ਲਾਓ, ਇਹਨਾਂ ਨੂੰ ਸ਼ਹੀਦ ਹੋਇਆ ਨੂੰ ਟਾਈਮ ਹੋ ਗਿਆ, ਇਸ ਕਰਕੇ ਸਰੀਰ ਇਹਨਾਂ ਦੇ ਖਰਾਬ ਨਹੀਂ ਆਪਾਂ ਕਰਨੇ, ਸਰੀਰ 'ਤੇ ਪਹਿਲਾਂ ਹੀ ਵੱਡੇ ਹੋਏ ਨੇ, ਸ਼ਸਤਰਾਂ ਦੇ ਨਾਲ ਖੂਨ ਡੁੱਲ ਚੁੱਕਿਆ ਹੈ, ਬਹੁਤਾ ਸਮਾਂ ਨਾ ਲੱਗੇ, ਸੋਹਣੀ ਚਿਖਾ ਤਿਆਰ ਕਰਕੇ ਅਤੇ ਇਹਨਾਂ ਦੇ ਸਰੀਰ ਉੱਪਰ ਲਟਾ ਦਿਓ, ਉੱਪਰ ਲੱਕੜਾਂ ਰੱਖ ਕੇ ਅਤੇ ਫਿਰ ਸੰਸਕਾਰ ਕਰਨਾ ਕਰੋ। ਜੇ ਸੰਗੀ ਸੁਣ ਕੇ ਤਤਕਾਲ, ਮਹਾਰਾਜ ਦੇ ਨਾਲ ਜਿਹੜੇ ਸੂਰਮੇ ਸਨ ਸਾਥੀ ਬਰਾੜ, ਉਹਨਾਂ ਨੇ ਸੁਣਿਆ ਬਚਨ ਅਤੇ ਉਸੇ ਵੇਲੇ ਫਿਰ ਚੱਲ ਪਏ, ਕਹਿੰਦੇ ਠੀਕ ਹੈ ਮਹਾਰਾਜ ਅਸੀਂ ਸੰਸਕਾਰ ਦੀ ਕਿਰਿਆ ਕਰਦੇ ਹਾਂ। ਸੁੱਕੇ ਕਾਸ਼ਟ ਸੰਚ ਬਹਲਾ, ਗੁਰਮੁਖੋ ਸੁੱਕੀਆਂ ਲੱਕੜਾਂ ਜੰਗਲ ਵਿੱਚੋਂ, ਅੱਜ ਕੱਲ੍ਹ ਭਾਵੇਂ ਲੱਕੜ ਲੱਭਣੀ ਬੜੀ ਔਖੀ ਹੈ ਕਿਉਂਕਿ ਰੁੱਖ ਬੜੇ ਘੱਟ ਗਏ, ਕੋਈ ਸੜਕ ਚੌੜੀ ਹੁੰਦੀ ਹੈ ਨਾ ਅਤੇ ਉਸ ਵੇਲੇ ਜਿਹੜੇ ਸੜਕ 'ਤੇ ਲੱਗੇ ਉਹ ਤਾਂ ਪੱਟ ਕੇ ਸੁੱਟ ਦਿੱਤੇ ਜਾਂਦੇ, ਨਵੇਂ ਕੋਈ ਨਹੀਂ ਲਾਉਂਦਾ, ਹੁਣ ਤਾਂ ਪਾਣੀ ਬੋਤਲਾਂ ਵਿੱਚ ਮੁੱਲ ਵਿਕਦਾ, ਸਮਾਂ ਆਵੇਗਾ ਹਵਾ ਵੀ ਬੋਤਲਾਂ ਵਿੱਚ ਮੁੱਲ ਹੀ ਵਿਕੇਗੀ, ਜਿਹੋ ਜਿਹੀ ਸਾਡੀ ਹਾਲਤ ਬਣ ਗਈ ਹੈ ਨਾ। ਵਿਅਕਤੀ ਇੱਕ ਰੁੱਖ ਆਪਣੀ ਜ਼ਿੰਦਗੀ ਵਿੱਚ ਲਾਉਂਦਾ ਨਹੀਂ ਹੈ, ਪਰ ਇੱਕ ਰੁੱਖ ਆਪਣੇ ਨਾਲ ਲੈ ਕੇ ਜ਼ਰੂਰ ਜਾਂਦਾ, ਜਦੋਂ ਕੋਈ ਮਰਦਾ ਹੈ ਨਾ ਅਤੇ ਉਹਦੇ ਉੱਪਰ ਇੱਕ ਰੁੱਖ ਦੀਆਂ ਲੱਕੜਾਂ ਕੁਰਬਾਨ ਹੋ ਜਾਂਦੀਆਂ, ਜ਼ਿਆਦਾ ਨਹੀਂ, ਅਤੇ ਆਪਣੀ ਜ਼ਿੰਦਗੀ ਦਾ ਜਿਹੜਾ ਇੱਕ ਰੁੱਖ ਨਾਲ ਲੈ ਕੇ ਜਾਣਾ ਉਹੀ ਲਾ ਕੇ ਪਾਲ ਦਈਏ, ਤਾਂ ਕਿ ਜਿਹੜੇ ਮਗਰ ਜਿਉਂਦੇ ਨੇ ਉਹਨਾਂ ਨੂੰ ਤਾਂ ਹਵਾ ਮਿਲਦੀ ਰਹੇ, ਪਰ ਸਾਡੀ ਤਾਂ ਬਾਤ ਇਹ ਹੈ ਵੀ ਮੈਂ ਤਾਂ ਮਰ ਗਿਆ, ਮੇਰੇ ਮਗਰੋਂ ਜੋ ਮਰਜ਼ੀ ਹੋਵੇ, ਪਰ ਇਹ ਸਮਾਂ ਇਸ ਤਰ੍ਹਾਂ ਦਾ ਬਣਨ ਵਾਲਾ, ਸਾਨੂੰ ਰੁੱਖਾਂ ਦੀ ਕਦਰ ਕਰਨੀ ਚਾਹੀਦੀ ਹੈ, ਰੁੱਖ ਤੋਂ ਸਾਨੂੰ ਆਕਸੀਜਨ ਮਿਲਦੀ ਹੈ, ਹਵਾ ਮਿਲਦੀ ਹੈ, ਰੁੱਖ ਸਾਡੀ ਜ਼ਿੰਦਗੀ ਹੈ, ਪਰ ਆਪਣੀ ਜ਼ਿੰਦਗੀ ਨੂੰ ਆਪੇ ਹੀ ਵੱਢਦੇ ਪਏ। ਬਾਹਰਲੇ ਦੇਸ਼ਾਂ ਵਿੱਚ ਬੜੇ ਸਖਤ ਕਾਨੂੰਨ ਬਣੇ ਨੇ, ਰੁੱਖ ਨਹੀਂ ਵੱਢਿਆ ਜਾ ਸਕਦਾ, ਸੜਕ ਨੂੰ ਮੋੜ ਜ਼ਰੂਰ ਪੈ ਜਾਂਦਾ, ਸਾਡੇ ਸੜਕ 'ਤੇ ਪਤਾ ਨਹੀਂ ਬਣੇ ਕਿ ਨਾ ਬਣੇ, ਰੁੱਖ ਪਹਿਲਾਂ ਵੱਟਿਆ ਜਾਂਦਾ, ਉਹਦੇ ਵਿੱਚ ਕਈਆਂ ਦੀ ਕੁੰਡੀ ਹੁੰਦੀ ਹੈ, ਮੰਤਰੀ ਕਹਿੰਦਾ ਵੀ ਇੰਨੇ ਮੇਰੇ, ਠੇਕੇਦਾਰ ਕਹਿੰਦਾ ਇੰਨੇ ਮੇਰੇ, ਨਿੱਕੇ ਵਜ਼ੀਰ ਅਫਸਰ ਕਹਿੰਦੇ ਇੰਨਾ ਹਿੱਸਾ ਵਿੱਚ ਮੇਰਾ, ਉਹ ਇਸ ਤਰ੍ਹਾਂ ਹੀ ਸਭ ਕੁਝ ਚਲੇ ਜਾਂਦਾ। ਪਰ ਵਿਚਾਰ ਇਹ ਹੈ ਜੇ ਅਸੀਂ ਵੱਢ ਦਿੱਤਾ ਤਾਂ ਉਹਨੂੰ ਲਾਉਣਾ ਵੀ ਚਾਹੀਦਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਲਿਆਓ ਲੱਕੜਾਂ ਇਕੱਠੀਆਂ ਕਰਕੇ। ਜੰਗਲ ਹੈ, ਜੰਗਲ ਵਿੱਚ ਲੱਕੜਾਂ ਹੀ ਲੱਕੜਾਂ ਨੇ, ਉਸੇ ਵੇਲੇ ਲੱਕੜਾਂ ਨੂੰ ਇਕੱਠਿਆਂ ਕੀਤਾ ਹੈ। ਬੀਨ ਸਿੰਘਨ ਕਹਨ। ਹੁਣ ਗੁਰਮੁਖੋ, ਜੰਗ ਬੜੀ ਦੂਰ ਤੱਕ ਹੋਇਆ, ਸਿੰਘ ਬੜੀ ਦਲੇਰੀ ਨਾਲ ਲੜੇ, ਇੱਕੇ ਰੀ ਭੱਜਦੇ ਸਨ ਮੋਰਚੇ ਚੋਂ ਬਾਹਰ ਨੂੰ, ਲੜਦਿਆਂ ਲੜਦਿਆਂ ਦੂਰ ਤੱਕ ਚਲੇ ਜਾਂਦੇ। ਕਿੰਨੀਆਂ ਮੁਗਲਾਂ ਦੀਆਂ ਲਾਸ਼ਾਂ ਖਿਲਰੀਆਂ ਹੋਈਆਂ, ਸਰੀਰ ਪਏ ਹੋਏ, ਅਤੇ ਬਹੁਤੀਆਂ ਲਾਸ਼ਾਂ ਵਿੱਚ ਕਿਸੇ ਸਿੱਖ ਦਾ ਇੱਕ ਸਰੀਰ ਲੱਭ ਜਾਂਦਾ। 40 ਸਿੰਘਾਂ ਦੇ ਸਰੀਰ ਲੱਭਦਿਆਂ ਲੱਭਦਿਆਂ ਕਾਫੀ ਸਮਾਂ ਲੱਗ ਗਿਆ, ਪਰ ਮਹਾਰਾਜ ਉਹਨਾਂ ਚੋਂ ਉੱਥੇ ਬੈਠੇ ਰਹਿ, ਕਹਿੰਦੇ ਨਹੀਂ ਭਾਈ, ਪੂਰੇ ਸਿੰਘ ਲੈ ਕੇ ਆਓ, ਸੰਸਕਾਰ ਕਰਕੇ ਜਾਵਾਂਗੇ। ਅਤੇ ਫਿਰ ਉਸ ਜੰਗੇ ਮੈਦਾਨ ਦੇ ਅੰਦਰੋਂ ਚੁੱਕ ਚੁੱਕ ਕੇ ਸਿੰਘਾਂ ਦੇ ਸਰੀਰ ਇਕੱਠੇ ਕੀਤੇ ਹਨ। ਮਰਿਓ ਸਮੂਹ, ਮਰਿਓ ਤੁਰਕਾਨਾ। ਅਤੇ ਬਹੁਤ ਜ਼ਿਆਦਾ ਮੁਗਲ ਮਰੇ ਪਏ, ਮੁਗਲਾਂ ਦੀਆਂ ਲਾਸ਼ਾਂ ਗਿਣਤੀ ਕੋਈ ਨਹੀਂ, ਕਿੰਨੇ ਕੁ ਸਰੀਰ ਪਏ, ਬੇਗਿਣਤ ਸਰੀਰ ਜਿਹੜੇ ਨਾ ਗਿਣੇ ਜਾ ਸਕਣ, ਇੰਨੇ ਮੁਗਲਾਂ ਦੇ ਸਰੀਰ ਪਏ ਹੋਏ ਹਨ। ਲੜੇ ਮਰੇ ਮਿਲ ਤਿੰਨ ਮੋਹ ਪਰੇ। ਕਿਉਂਕਿ ਬਹੁਤੇ ਸਿੰਘ ਲੜੇ ਅਤੇ ਲੜ ਕੇ ਬਹੁਤੇ ਸ਼ਹੀਦ ਹੋਏ। ਜਿੱਥੇ ਇੱਕ ਸਿੱਖ ਦਾ ਸਰੀਰ ਲੱਭਦਾ, ਉੱਥੇ ਮੁਗਲਾਂ ਦੀਆਂ ਬਹੁਤੀਆਂ ਲਾਸ਼ਾਂ ਖਿਲਰੀਆਂ ਪਈਆਂ, ਪਤਾ ਨਹੀਂ ਲੱਗਦਾ। ਹੌਲੀ ਹੌਲੀ ਕਰਕੇ ਉਹਨਾਂ ਵਿੱਚੋਂ ਸਰੀਰ ਲੱਭੇ ਹਨ। ਜਿਹੜਾ ਸੰਗਰਾਮ ਖੇਤ ਵੱਡ ਕਰੇ। ਜਿੱਥੇ ਬਹੁਤ ਵੱਡਾ ਸਿੰਘਾਂ ਨੇ ਜੰਗ ਕੀਤਾ, ਇਹਨਾਂ ਸਰੀਰਾਂ ਦੇ ਸਰੀਰ, ਸਰੀਰਾਂ ਦੇ ਸਰੀਰ ਉੱਥੇ ਦਿਖਾਈ ਦਿੰਦੇ ਹਨ। ਬਹੁ ਸਿੰਘਨ ਤਤਕਾਲੇ ਉਠਾਏ। ਉਸ ਵੇਲੇ ਮਹਾਰਾਜ ਦੇ ਨਾਲ ਇਹ ਬਰਾੜ ਸੂਰਮੇ ਨੇ ਮਿਲ ਕੇ ਇਹਨਾਂ ਨੇ ਛੇਤੀ ਦੇ ਨਾਲ ਫਿਰ ਕਹਿਣ ਲੱਗੇ ਵੀ ਉਸੇ ਵੇਲੇ ਜਿਹੜੇ ਮਹਾਰਾਜ ਨੇ ਹੁਕਮ ਕੀਤੇ ਸਨ ਸਿੰਘਾਂ ਨੂੰ, ਉਸ ਵੇਲੇ ਚੁਣਿਆ ਹੈ। ਵੱਡੀ ਚਿਤਾ ਕੇ ਵੀ ਚਟਕਾਏ। ਅਤੇ ਵੱਡੀ ਸਾਰੀ ਚਿਖਾ ਤਿਆਰ ਕਰਕੇ ਫਿਰ ਉੱਥੇ ਸਿੰਘਾਂ ਦੇ ਸਰੀਰ ਬਿਰਾਜਮਾਨ ਕੀਤੇ। ਗੁਰਮੁਖੋ, ਧੰਨ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੱਤਵੀਂ ਥਾਂ 'ਤੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਸੁਭਾਏਮਾਨ ਹੋਏ। ਉਹਨਾਂ ਦਾ ਅੱਜ ਸਾਨੂੰ ਦਿਹਾੜਾ ਜਿਹੜਾ ਨਾ, ਪ੍ਰਕਾਸ਼ ਦਿਹਾੜਾ, ਉਹ ਪ੍ਰਾਪਤ ਹੋ ਰਿਹਾ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪੰਜ ਸਾਹਿਬਜ਼ਾਦੇ ਨੇ ਅਤੇ ਸਤਿਕਾਰਯੋਗ ਨੇ ਮਾਤਾ ਦਮੋਦਰੀ ਜੀ। ਮਾਤਾ ਦਮੋਦਰੀ ਜੀਆਂ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ, ਇਹਨਾਂ ਦੋਨਾਂ ਦਾ ਅਵਤਾਰ ਹੋਇਆ, ਜਨਮ ਹੋਇਆ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅਤੇ ਮਾਤਾ ਦਮੋਦਰੀ ਜੀ। ਬਾਬਾ ਗੁਰਦਿੱਤਾ ਜੀ ਜਿਹੜੇ ਸਨ, ਉਹਨਾਂ ਦਾ ਜਨਮ ਭਾਈ ਕੀ ਡਰੋਲੀ ਦਾ ਮੰਨਿਆ ਹੈ ਵੀ ਜਦੋਂ ਮਹਾਰਾਜ ਭਾਈ ਕੀ ਡਰੋਲੀ ਗਏ ਸਨ, ਉੱਥੇ ਉਹਨਾਂ ਨੇ ਆਪਣਾ ਅਵਤਾਰ ਲਿਆ। ਵੱਡੇ ਪੁੱਤਰ ਸਨ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ। ਅਤੇ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਵਿਆਹ ਹੈ ਆਨੰਦ ਕਾਰਜ, ਉਹ ਬਟਾਲੇ ਸ਼ਹਿਰ ਦਾ ਮੰਨਿਆ ਹੈ, ਬਟਾਲੇ ਸ਼ਹਿਰ ਦੇ ਰਹਿਣ ਵਾਲੇ ਨੇ। ਭਾਈ ਰਾਮਾ ਜੀ ਨਾਮ ਹੈ ਬਾਬਾ ਗੁਰਦਿੱਤਾ ਜੀ ਦੇ ਸਹੁਰੇ ਸਾਹਿਬ ਦਾ। ਅਤੇ ਇਸੇ ਤਰ੍ਹਾਂ ਸੱਸ ਦਾ ਨਾਮ ਸੁਖਦੇਵੀ ਲਿਖਿਆ ਹੈ, ਬੀਬੀ ਸੁਖਦੇਵੀ ਜੀ ਉਹਨਾਂ ਦੀ ਸੱਸ ਲੱਗਦੇ। ਜਾਂ ਆਪਾਂ ਕਹਿ ਲਈਏ ਵੀ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਦੇ ਨਾਨਾ ਜੀ ਦਾ ਨਾਮ ਭਾਈ ਰਾਮਾ ਜੀ ਹੈ ਅਤੇ ਨਾਨੀ ਜੀ ਦਾ ਨਾਮ ਸੁਖਦੇਈ ਹੈ। ਅਤੇ ਬਾਬਾ ਗੁਰਦਿੱਤਾ ਜੀ ਜਿਹੜੇ ਸਨ, ਉਹ ਬਟਾਲੇ ਜਿਹੜਾ ਸ਼ਹਿਰ ਹੈ, ਗੁਰਦਾਸਪੁਰ ਦਾ ਸ਼ਹਿਰ, ਇੱਥੇ ਵਿਆਹੇ ਹੋਏ ਸਨ ਅਤੇ ਇੱਥੋਂ ਦੇ ਸਨ ਮਾਤਾ ਜੀ। ਅਤੇ ਗੁਰਮੁਖੋ, ਮਾਤਾ ਜੀ ਦੇ ਤਿੰਨ ਨਾਮ ਇਤਿਹਾਸਕਾਰਾਂ ਨੇ ਲਿਖੇ ਨੇ। ਕਿਸੇ ਨੇ ਮਾਤਾ ਨੱਤੀ ਲਿਖਿਆ ਹੈ, ਕਿਸੇ ਨੇ ਮਾਤਾ ਅਨੰਤੀ ਲਿਖਿਆ ਹੈ, ਅਤੇ ਕਿਸੇ ਨੇ ਮਾਤਾ ਨਿਹਾਲ ਕੌਰ ਵੀ ਲਿਖਿਆ ਹੈ। ਵੱਖ ਵੱਖ ਗ੍ਰੰਥਕਾਰਾਂ ਨੇ ਮਾਤਾ ਜੀ ਦੇ ਨਾਮ ਲਿਖੇ ਨੇ। ਮਾਤਾ ਜੀ ਹੈ ਕੋਈ ਨੇ, ਨਾਮ ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਖੋਜ ਕਰਕੇ ਲਿਖੇ ਨੇ। ਇਸ ਤਰ੍ਹਾਂ ਇਹ ਮਾਤਾ ਜੀ ਜਿਹੜੇ ਸਨ ਬਾਬਾ ਗੁਰਦਿੱਤਾ ਜੀ ਦੇ ਨਾਲ ਵਿਆਹੇ ਗਏ। ਬਾਬਾ ਗੁਰਦਿੱਤਾ ਜੀ ਨੂੰ ਹੁਕਮ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਵੀ ਤੁਸੀਂ ਕੀਰਤਪੁਰ ਸਾਹਿਬ ਚਲੇ ਜਾਓ।
ਉੱਥੇ ਜਾ ਕੇ ਸ਼ਹਿਰ ਵਸਾਓ, ਨਗਰ ਵਸਾਓ। ਅਤੇ ਕੀਰਤਪੁਰ ਸਾਹਿਬ ਜਿਹੜਾ ਹੈ ਨਾ ਬਾਬਾ ਗੁਰਦਿੱਤਾ ਜੀ ਅਤੇ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹ ਸ਼ਹਿਰ ਵਸਿਆ ਹੈ। ਇੱਥੇ ਆ ਕੇ ਸ਼ਹਿਰ ਵਸਾਇਆ, ਬਾਬਾ ਗੁਰਦਿੱਤਾ ਜੀ ਇੱਥੇ ਹੀ ਰਿਹਾ ਕਰਦੇ। ਅਤੇ ਸਮਾਂ ਬਤੀਤ ਹੋ ਗਿਆ, ਬਾਬਾ ਗੁਰਦਿੱਤਾ ਜੀ ਦੇ ਘਰ ਵੱਡੇ ਪੁੱਤਰ ਬਾਬਾ ਧੀਰਮਲ ਜੀ ਦਾ ਪਹਿਲਾਂ ਜਨਮ ਹੋਇਆ। ਬਾਬਾ ਧੀਰਮਲ ਵੱਡੇ ਨੇ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਤੋਂ, ਅਤੇ ਬਾਅਦ ਵਿੱਚ ਫਿਰ ਧੰਨ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ। ਦੋਨੇ ਸਕੇ ਭਰਾ ਨੇ ਬਾਬਾ ਗੁਰਦਿੱਤਾ, ਬਾਬਾ ਧੀਰਮਲ ਜੀ ਅਤੇ ਗੁਰੂ ਹਰਿ ਰਾਏ ਪਾਤਸ਼ਾਹ ਜੀ। ਧੀਰਮਲ ਜਿਹੜੇ ਸਨ ਉਹ ਆਪਣੀ ਮਰਜ਼ੀ ਕਰਦੇ ਸਨ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨਾਂ 'ਤੇ ਚੱਲੇ ਨਹੀਂ, ਅਤੇ ਮਹਾਰਾਜ ਤੋਂ ਵੱਖ ਹੋ ਗਿਆ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚੌਥਾ ਜੰਗ ਲੜਿਆ ਨਾ ਕਰਤਾਰਪੁਰ ਸਾਹਿਬ ਦਾ ਨੇੜੇ ਜਲੰਧਰ ਦੇ, ਅਤੇ ਮੁਗਲਾਂ ਨੂੰ ਮਹਾਰਾਜ ਨੇ ਮਾਰਿਆ, ਜੰਗ ਵਿੱਚ ਮਹਾਰਾਜ ਜੇਤੂ ਹੋਏ, ਅਤੇ ਪਾਤਸ਼ਾਹ ਨੇ ਆਖਿਆ ਪਰਿਵਾਰ ਨੂੰ ਚਲੋ ਤਿਆਰੀ ਕਰੋ ਅਤੇ ਕੀਰਤਪੁਰ ਸਾਹਿਬ ਚਲੀਏ। ਸਾਰਾ ਪਰਿਵਾਰ ਤਿਆਰ ਹੋ ਕੇ ਚੱਲਣ ਵਾਸਤੇ ਤਿਆਰ ਹੋ ਗਿਆ, ਪਰ ਧੀਰਮਲ ਨੇ ਆਖਿਆ ਮੈਂ ਨਹੀਂ ਆਪਣੇ ਦਾਦੇ ਦੇ ਨਾਲ ਜਾਣਾ। ਸਿੱਖਾਂ ਨੇ ਪੁੱਛਿਆ ਕਿਉਂ ਨਹੀਂ ਜਾਣਾ, ਕਹਿਣ ਲੱਗਾ ਦਾਦੇ ਦਾ ਤਾਂ ਕੰਮ ਹੀ ਰੋਜ਼ ਜੰਗ ਕਰਨਾ, ਮੈਂ ਕਿੱਥੇ ਕਿੱਥੇ ਨਾਲ ਤੁਰਿਆ ਫਿਰਾਂਗਾ, ਮੈਂ ਤਾਂ ਇੱਥੇ ਹੀ ਰਵਾਂਗਾ, ਮੈਂ ਨਹੀਂ ਜਾਣਾ, ਤੁਸੀਂ ਜਾਣਾ, ਬਾਕੀ ਸਾਰਾ ਪਰਿਵਾਰ ਚਲੇ ਜਾਓ। ਜਦੋਂ ਚੱਲਣ ਦੀ ਤਿਆਰੀ ਹੋ ਗਈ ਤਾਂ ਧੀਰਮਲ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਹੜਾ ਸਰੂਪ ਲਿਖਵਾਇਆ ਸੀ ਨਾ ਗੁਰੂ ਗ੍ਰੰਥ ਸਾਹਿਬ ਦਾ ਭਾਈ ਗੁਰਦਾਸ ਜੀਆਂ ਦੇ ਕੋਲੋਂ, ਉਹ ਵੀ ਕਮਰੇ ਵਿੱਚ ਰੱਖ ਕੇ ਅਤੇ ਜੰਦਰਾ ਮਾਰ ਲਿਆ। ਕਹਿਣ ਲੱਗਾ ਇਹ ਵੀ ਨਹੀਂ ਮੈਂ ਦੇਣਾ ਹੈ, ਇਹ ਵੀ ਮੇਰੇ ਕੋਲ ਹੀ ਰਹੇਗਾ। ਸਿੱਖਾਂ ਨੇ ਆ ਕੇ ਦੱਸਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੁਹਾਡੇ ਵੱਡੇ ਪੋਤਰੇ ਜਾਣਾ ਨਹੀਂ ਚਾਹੁੰਦੇ, ਅਤੇ ਔਰ ਸਰੂਪ ਵੀ ਕਹਿੰਦੇ ਮੈਂ ਹੀ ਰੱਖਣਾ ਆਪਣੇ ਕੋਲ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਨਹੀਂ ਜਾਣਾ ਚਾਹੁੰਦਾ ਤਾਂ ਰਹਿਣ ਦਿਓ, ਸਰੂਪ ਰੱਖਣਾ ਚਾਹੁੰਦਾ ਤਾਂ ਉਹ ਵੀ ਰੱਖ ਲੈਣ ਦਿਓ। ਬਾਕੀ ਪਰਿਵਾਰ ਨੂੰ ਲੈ ਕੇ ਮਹਾਰਾਜ ਸਾਹਿਬ ਜੀ ਉਸ ਵੇਲੇ ਚੱਲ ਕੇ ਅਤੇ ਗੁਰਮੁਖੋ ਕੀਰਤਪੁਰ ਸਾਹਿਬ ਪਹੁੰਚੇ ਸਨ। ਇਸ ਤਰ੍ਹਾਂ ਇਹ ਜਿਹੜੇ ਵੱਡੇ ਸਾਹਿਬਜ਼ਾਦੇ ਸਨ ਇਹਨਾਂ ਨੇ ਨਹੀਂ ਬਚਨ ਨਹੀਂ ਮੰਨਿਆ ਆਪਣੇ ਦਾਦਾ ਸਤਿਗੁਰੂ ਦਾ, ਇਸ ਕਰਕੇ ਮਹਾਰਾਜ ਤੋਂ ਬੇਮੁਖੀ ਰਹਿ ਧੀਰਮਲ ਜੀ। ਅਤੇ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਅਵਤਾਰ ਹੈ ਇਤਿਹਾਸਕਾਰਾਂ ਨੇ ਜਿਹੜਾ ਹੈ 1600 ਬਿਕਰਮੀ ਸੰਮਤ ਦਾ ਲਿਖਿਆ ਹੈ, ਐਤਵਾਰ ਦਾ ਦਿਨ ਅੰਮ੍ਰਿਤ ਵੇਲੇ ਦਾ ਅਵਤਾਰ ਧੰਨ ਗੁਰੂ ਹਰਿ ਰਾਏ ਪਾਤਸ਼ਾਹ ਜੀ ਦਾ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਅੱਜ ਦੇ ਦਿਨ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਹੋਇਆ। ਅਤੇ ਆਪ ਬਚਨ ਮੰਨਣ ਵਿੱਚ ਬੜੇ ਦ੍ਰਿੜ ਸਨ, ਵੀ ਜਿਹੜਾ ਬਚਨ ਸਤਿਗੁਰਾਂ ਨੇ ਕਹਿ ਦਿੱਤਾ ਨਾ ਉਹ ਮੰਨਣਾ ਹੈ, ਅਤੇ ਬਚਨ ਮੰਨਣ ਤੋਂ ਹੀ ਸਤਿਗੁਰੂ ਖੁਸ਼ ਹੋਏ ਸਨ ਵੀ ਇਹ ਸਾਡੀ ਆਗਿਆ ਵਿੱਚ ਇੱਕ ਪੋਤਰਾ ਉਹ ਹੈ ਜਿਹੜਾ ਕਹਿੰਦਾ ਵੀ ਮੈਂ ਦਾਦੇ ਦੇ ਨਾਲ ਹੀ ਨਹੀਂ ਜਾਣਾ ਹੈ, ਮੈਂ ਤਾਂ ਇੱਥੇ ਰਵਾਂਗਾ, ਵੱਖਰਾ ਰਵਾਂਗਾ। ਅਤੇ ਦੂਜੇ ਪੋਤਰੇ ਗੁਰੂ ਹਰਿ ਰਾਏ ਪਾਤਸ਼ਾਹ ਨੇ ਜਦੋਂ ਮਹਾਰਾਜ ਬਾਗ ਦੇ ਵਿੱਚ ਟਹਿਲਦੇ ਪਏ ਸਨ ਨਾ ਕੀਰਤਪੁਰ ਸਾਹਿਬ ਦੀ ਧਰਤੀ 'ਤੇ, ਅਤੇ ਮਹਾਰਾਜ ਜਦੋਂ ਪੱਗ ਡੰਡੀ ਤੋਂ ਲੰਘ ਕੇ ਗਏ ਨਾ ਗੁਰੂ ਹਰਗੋਬਿੰਦ ਪਾਤਸ਼ਾਹ, ਇੱਕ ਬੜਾ ਹੀ ਸੋਹਣਾ ਫੁੱਲ ਖਿੜਿਆ ਹੋਇਆ, ਮਹਾਰਾਜ ਫੁੱਲ ਖਿੜਿਆ ਵੇਖ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਵੇਖੋ ਕੁਦਰਤ ਦੇ ਰੰਗ, ਕਿੰਨਾ ਸੋਹਣਾ ਇਹ ਰੰਗਾਂ ਵਾਲਾ ਫੁੱਲ ਹੈ, ਕਿੰਨੀ ਸੋਹਣੀ ਮਹਿਕ ਆਉਂਦੀ ਹੈ। ਇੰਨਾ ਬਚਨ ਕਹਿ ਕੇ ਮਹਾਰਾਜ ਅੱਗੇ ਬਾਗ ਵਿੱਚ ਚਲੇ ਗਏ। ਜਦੋਂ ਗੁਰੂ ਹਰਿ ਰਾਏ ਪਾਤਸ਼ਾਹ ਨੂੰ ਪਤਾ ਲੱਗਾ ਵੀ ਸਾਡੇ ਦਾਦਾ ਸਤਿਗੁਰੂ ਬਾਗ ਨੂੰ ਗਏ ਨੇ, ਬੱਚਿਆਂ ਦਾ ਸੁਭਾਅ ਹੁੰਦਾ ਦਾਦਿਆਂ ਦੇ ਮਗਰ ਦਾਦੀਆਂ ਦੇ ਮਗਰ ਦੌੜਨਾ, ਭੱਜ ਕੇ ਮਗਰ ਦੌੜ ਕੇ ਗਏ ਦਾਦਾ ਸਤਿਗੁਰੂ ਨੂੰ ਮਿਲਣ ਵਾਸਤੇ, ਚੋਲਾ ਗਲ ਵਿੱਚ ਖੁੱਲ੍ਹਾ ਪਾਇਆ ਅਤੇ ਚੋਲੇ ਦੇ ਨਾਲ ਅੜ ਕੇ ਉਹ ਫੁੱਲ ਟੁੱਟ ਪਿਆ, ਟੁੱਟ ਕੇ ਡਿੱਗ ਪਿਆ, ਆਪ ਚਲੇ ਗਏ ਸਤਿਗੁਰਾਂ ਦੀ ਗੋਦੀ ਵਿੱਚ ਜਾ ਕੇ ਬੈਠ ਗਏ। ਕੋਈ ਸਮਾਂ ਮਹਾਰਾਜ ਬਾਗ ਵਿੱਚ ਬੈਠੇ
ਜਦੋਂ ਮਹਾਰਾਜ ਵਾਪਸ ਆਏ ਤਾਂ ਉਹ ਫੁੱਲ ਟੁੱਟਿਆ ਹੋਇਆ ਡਿੱਗਿਆ ਪਿਆ। ਮਹਾਰਾਜ ਨੇ ਵੇਖਿਆ, ਕਹਿਣ ਲੱਗੇ ਹੁਣੇ ਹੀ ਫੁੱਲ ਕਿੰਨਾ ਸੋਹਣਾ ਖਿੜਿਆ ਸੀ, ਖੁਸ਼ਬੂ ਆ ਰਹੀ ਹੈ, ਇਹ ਕਮਲਾ ਗਿਆ, ਇਹ ਕਿਹਨੇ ਤੋੜਿਆ ਭਾਈ ਫੁੱਲ? ਜਦੋਂ ਸਿੱਖਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਸਤਿਗੁਰੂ ਅਸੀਂ ਨਹੀਂ ਤੋੜਿਆ, ਇਹ ਤੁਹਾਡੇ ਪੋਤਰੇ ਦੇ ਚੋਲੇ ਦੇ ਨਾਲ ਅੜਕੇ ਟੁੱਟਿਆ ਹੈ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਵੇਖਿਆ, ਗੁਰੂ ਹਰ ਰਾਏ ਮਹਾਰਾਜ ਦੇ ਵੱਲ ਅਜੇ ਵੇਖਿਆ ਹੀ ਹੈ ਅਤੇ ਹੱਥ ਜੋੜ ਕੇ ਮਾਫ਼ੀ ਮੰਗੀ, ਕਹਿਣ ਲੱਗੇ ਸਾਡੇ ਕੋਲੋਂ ਗਲਤੀ ਹੋ ਗਈ ਹੈ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕੋ ਬਚਨ ਹੀ ਕੀਤਾ, ਕਹਿਣ ਲੱਗੇ ਭਾਈ ਜਾਂ ਤਾਂ ਚੋਲਾ ਹੀ ਇੰਨਾ ਖੁੱਲ੍ਹਾ ਨਾ ਪਾਓ ਜਿਹੜਾ ਇਸ ਤਰ੍ਹਾਂ ਫੁੱਲ ਤੋੜੇ, ਅਤੇ ਜੇ ਚੋਲਾ ਖੁੱਲ੍ਹਾ ਪਾਉਣਾ ਤਾਂ ਉਹਨੂੰ ਇੰਨਾ ਸੰਕੋਚ ਕੇ ਚੱਲੋ ਵੀ ਉਹਦੇ ਨਾਲ ਨੁਕਸਾਨ ਨਾ ਹੋਵੇ। ਇਹ ਬਚਨ ਚੇਤੇ ਰੱਖਣਾ। ਇਤਿਹਾਸ ਵਿੱਚ ਬਚਨ ਆਉਂਦਾ, ਉਸ ਦਿਨ ਤੋਂ ਲੈ ਕੇ ਜਿੰਨਾ ਚਿਰ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਸਰੀਰ ਕਰਕੇ ਸੰਸਾਰ ਵਿੱਚ ਰਹਿ, ਆਪਣੇ ਗਲਵੇ ਜੇ 100 ਜਾਮਿਆਂ ਦਾ 100 ਪੱਲਿਆਂ ਦਾ ਚੋਲਾ ਪਾਉਂਦੇ ਨਾ ਮਹਾਰਾਜ ਸਾਹਿਬ ਜੀ, ਚੋਲਾ ਫੜ ਕੇ ਅਤੇ ਆਪਣੇ ਹੱਥਾਂ ਨਾਲ ਇਕੱਠਾ ਕਰ ਲੈਂਦੇ ਅਤੇ ਫਿਰ ਤੁਰਦੇ, ਗੁਰਤਾ ਗੱਦੀ ਬੈਠਣ ਤੋਂ ਬਾਅਦ ਵਿੱਚ ਵੀ ਆਪਣੇ ਚੋਲੇ ਨੂੰ ਖੁੱਲ੍ਹਾ ਛੱਡ ਕੇ ਨਹੀਂ, ਸੰਕੋਚ ਲੈਂਦੇ ਇਕੱਠਾ ਕਰ ਲੈਂਦੇ। ਮੇਰੇ ਦਾਦਾ ਸਤਿਗੁਰੂ ਨੇ ਆਖਿਆ ਸੀ ਵੀ ਜੇ ਪਾਉਣਾ ਹੈ ਤਾਂ ਸੰਕੋਚ ਕੇ ਚੱਲਣਾ ਹੈ, ਇਹ ਬਚਨ ਮੈਂ ਮੰਨਣਾ ਹੈ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪਤਾ ਲੱਗਾ ਨਾ ਵੀ ਅਸੀਂ ਇੱਕ ਵਾਰੀ ਕਿਹਾ ਤਾਂ ਇਹਨਾਂ ਨੇ ਬਚਨ ਹੀ ਇੰਨਾ ਮੰਨਿਆ, ਆਗਿਆ ਦੇ ਵਿੱਚ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਜਿਹੜੇ ਹੁਕਮ ਮੰਨਦੇ ਪ੍ਰਾਪਤੀ ਉਹਨਾਂ ਨੂੰ ਹੈ। ਸਤਿਗੁਰੂ ਇਹ ਬਚਨ ਮੰਨਣ ਕਰਕੇ ਇੰਨੇ ਖੁਸ਼ ਹੋਏ, ਫਿਰ ਸਤਿਗੁਰਾਂ ਨੇ ਆਖਿਆ ਗੁਰਤਾ ਗੱਦੀ ਵੀ ਇਹਨਾਂ ਨੂੰ ਦੇਵਾਂਗੇ। ਭਾਵੇਂ ਕਿ ਮਹਾਰਾਜ ਦੇ ਪੁੱਤਰ ਨੇ, ਬਾਬਾ ਸੂਰਜਮਲ ਜੀ ਬੈਠੇ ਹੋਏ ਨੇ, ਬਾਬਾ ਅਨੀ ਰਾਏ ਜੀ ਬੈਠੇ ਹੋਏ ਨੇ, ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਅਜੇ ਬੈਠੇ ਹੋਏ ਨੇ। ਬਾਬਾ ਗੁਰਦਿੱਤਾ ਜੀ ਪਹਿਲਾਂ ਸਰੀਰ ਛੱਡ ਗਏ ਸਨ ਅਤੇ ਬਾਬਾ ਅਟਲ ਰਾਏ ਵੀ ਪਹਿਲਾਂ ਹੀ ਸਰੀਰ ਛੱਡ ਗਏ। 5 ਪੁੱਤਰਾਂ ਵਿੱਚੋਂ 3 ਪੁੱਤਰ ਅਜੇ ਮਹਾਰਾਜ ਦੇ ਕੋਲ ਨੇ, ਪਰ ਗੁਰਤਾ ਗੱਦੀ ਪੋਤਰੇ ਨੂੰ ਮਹਾਰਾਜ ਦਿੰਦੇ ਪਏ ਇਸ ਬਚਨ 'ਤੇ ਖੁਸ਼ ਹੋ ਕੇ ਵੀ ਇਹਨਾਂ ਨੇ ਸਾਡਾ ਬਚਨ ਕਮਾਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਤਨ ਵੀ ਗੁਰੂ ਨੂੰ ਸੌਂਪ ਦੇਈਏ, ਧਨ ਵੀ ਗੁਰੂ ਪਾਤਸ਼ਾਹ ਨੂੰ ਸੌਂਪ ਦੇਈਏ, ਮਨ ਵੀ ਗੁਰੂ ਨੂੰ ਸੌਂਪ ਦੇਈਏ, ਪਰ ਇਹ ਸਾਰਾ ਕੁਝ ਸੌਂਪਣ ਦੇ ਬਾਵਜੂਦ ਵੀ ਜੇ ਬਚਨ ਨਹੀਂ ਨਾ ਮੰਨਿਆ ਤਾਂ ਸਭ ਕੁਝ ਸੌਂਪਿਆ ਵਿਅਰਥ ਹੈ, ਜਿਹਨੇ ਬਚਨ ਮੰਨਿਆ ਉਹਦਾ ਸਫਲਾ ਹੈ। ਅਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਆਪਾਂ ਕਿੰਨੀ ਵਾਰੀ ਸਰਵਣ ਕਰਦੇ ਹਾਂ, ਜਦੋਂ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਖਿਆ ਸੀ ਭਾਈ ਲਹਿਣਾ ਜੀ ਭਾਈ ਪੁਰਖਾ ਮੁਰਦਾ ਖਾਓ, ਅਤੇ ਉਹਨਾਂ ਨੇ ਬਚਨ ਹੀ ਮੰਨਿਆ ਨਾ, ਸਰੀਰ ਦਾ ਗੇੜਾ ਦਿੱਤਾ। ਮਹਾਰਾਜ ਨੇ ਪੁੱਛਿਆ ਭਾਈ ਖਾਧਾ ਨਹੀਂ, ਕਹਿੰਦੇ ਖਾਣ ਦਾ ਹੁਕਮ ਹੋਇਆ ਪਰ ਮਹਾਰਾਜ ਕਿਹੜੇ ਪਾਸਿਓਂ ਖਾਣਾ ਇਹ ਹੁਕਮ ਨਹੀਂ ਹੋਇਆ। ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਪੈਰਾਂ ਵਾਲੇ ਪਾਸਿਓਂ ਖਾ ਲਓ, ਤਾਂ ਉਸੇ ਵੇਲੇ ਹੀ ਬੈਠ ਗਏ ਪੈਰਾਂ ਵਾਲੇ ਪਾਸੇ, ਇੱਕ ਵਾਰੀ ਨਹੀਂ ਸੋਚਿਆ। ਜਦੋਂ ਜਾਣਿਆ ਵੀ ਹੁਣ ਪੈਰਾਂ ਵਾਲੇ ਪਾਸਿਓਂ ਖਾਣਾ, ਚਾਦਰ ਚੁੱਕੀ ਹੈ, ਕੱਪੜਾ ਚੁੱਕਿਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਦੇ ਦਰਸ਼ਨ ਹੋਏ। ਸਤਿ ਸ਼੍ਰੀ ਅਕਾਲ। ਗੁਰਮੁਖੋ ਬਚਨ ਇਹ ਹੈ, ਜਿਨ੍ਹਾਂ ਨੇ ਬਚਨ ਮੰਨਿਆ ਹੈ, ਜੇ ਭਾਈ ਲਹਿਣਾ ਸਾਹਿਬ ਨੇ ਮੰਨਿਆ ਤਾਂ ਗੁਰੂ ਅੰਗਦ ਸਾਹਿਬ ਬਣ ਗਏ, ਅਤੇ ਜੇ ਗੁਰੂ ਹਰ ਰਾਏ ਸਾਹਿਬ ਨੇ ਬਚਨ ਮੰਨਿਆ ਤਾਂ ਗੁਰੂ ਹਰ ਰਾਏ ਸਾਹਿਬ ਬਣ ਗਏ। ਜਿਨ੍ਹਾਂ ਨੇ ਬਚਨ ਮੰਨਿਆ ਪ੍ਰਾਪਤੀਆਂ ਉਹਨਾਂ ਨੂੰ ਨੇ। ਕਿਸੇ ਵਿਦਵਾਨ ਨੇ ਲਿਖਿਆ, ਕਹਿਣ ਲੱਗਾ ਦੁਨੀਆਂ ਵਿੱਚ 4 ਤਰ੍ਹਾਂ ਦੇ ਜੇ ਸੁੱਖ ਬੰਦੇ ਨੂੰ ਮਿਲ ਜਾਣ ਤਾਂ ਇੱਥੇ ਹੀ ਬੰਦੇ ਦਾ ਸਵਰਗ ਹੈ। ਉਹ ਸਵਰਗ ਦੇ ਪਤਾ ਨਹੀਂ ਕਿਸੇ ਨੇ ਵੇਖਿਆ ਕਿ ਨਹੀਂ ਵੇਖਿਆ,
ਪਰ ਜੇ ਚਾਰ ਸੁੱਖ ਮਿਲ ਜਾਣ ਇੱਥੇ ਇਸ ਦੁਨੀਆ ਵਿੱਚ ਤਾਂ ਉਹ ਬੰਦੇ ਦਾ ਇੱਥੇ ਹੀ ਸਵਰਗ ਹੈ। ਅਤੇ ਨਾਲ ਹੀ ਉਹਨੇ ਬਚਨ ਇਹ ਵੀ ਲਿਖਿਆ ਵੀ ਜੇ ਚਾਰ ਇੱਥੇ ਦੁੱਖ ਮਿਲ ਜਾਣ ਤਾਂ ਉਹ ਬੰਦੇ ਦਾ ਇੱਥੇ ਹੀ ਨਰਕ ਹੈ, ਉਹਦੇ ਤੋਂ ਵੱਡਾ ਨਰਕ ਹੈ ਹੀ ਕੋਈ ਨਹੀਂ। ਅਤੇ ਕਿਸੇ ਨੇ ਪੁੱਛ ਲਿਆ, ਕਹਿਣ ਲੱਗੇ ਜੀ ਫਿਰ ਦੱਸੋ ਵੀ ਨਰਕ ਕਿਹੜਾ ਅਤੇ ਸਵਰਗ ਕਿਹੜਾ। ਅਤੇ ਚਾਰ ਗੁਣ ਉਹਨਾਂ ਨੇ ਬਖਸ਼ਿਸ਼ ਕੀਤੇ, ਕਹਿਣ ਲੱਗੇ ਪਿੱਪਲ ਘਰ, ਅਤੇ ਦੂਜਾ ਬਚਨ ਕੀਤਾ ਸੁਪੁੱਤ ਘਰ। ਘਰ ਵਿੱਚ ਜੇ ਪਿੱਪਲ ਦਾ ਰੁੱਖ ਹੋਵੇ ਨਾ ਤਾਂ ਕਹਿਣ ਲੱਗੇ ਉਹਦਾ ਬੜਾ ਲਾਭ ਹੈ। ਹੁਣ ਇਹਨੂੰ ਦੂਜੇ ਪਾਸੇ ਨਾ ਲੈ ਜਿਓ ਵੀ ਪਿੱਪਲ ਨੂੰ ਬਾਹਮਣ ਪੂਜਦਾ ਅਤੇ ਆਪਾਂ ਇਹ ਪੂਜਣ ਚੱਲੀਏ, ਪੂਜਣ ਦੀ ਗੱਲ ਨਹੀਂ ਹੈ। ਪਿੱਪਲ ਦੇ ਵਿੱਚ ਇੱਕ ਗੁਣ ਹੈ, ਗੁਣ ਇਹ ਹੈ ਵੀ ਪਿੱਪਲ ਦੇ ਵਿੱਚ ਬਹੁਤ ਜ਼ਿਆਦਾ ਆਕਸੀਜਨ ਹੈ ਸਾਡੇ ਜੀਵਨ ਵਾਸਤੇ, ਅਤੇ ਪਿੱਪਲ ਦਾ ਧੂੰਆਂ ਬੜਾ ਚੰਗਾ ਹੈ। ਜਦੋਂ ਪਿੱਪਲ ਦੀ ਟਾਹਣੀ ਨੂੰ ਆਪਾਂ ਅੱਗ ਵਿੱਚ ਬਾਲਦੇ ਹਾਂ ਨਾ ਅਤੇ ਉਹਦਾ ਜਿਹੜਾ ਧੂੰਆਂ ਨਿਕਲਦਾ ਉਹ ਬੜਾ ਚੰਗਾ ਸਰੀਰ ਵਾਸਤੇ। ਬਾਹਮਣ ਨੇ ਤਾਂ ਹੀ ਆਖਿਆ ਸੀ ਵੀ ਪਿੱਪਲ ਨੂੰ ਹੱਥ ਨਾ ਲਾਇਓ ਤੁਹਾਨੂੰ ਪਾਪ ਲੱਗੇਗਾ। ਹੁਣ ਬਾਹਮਣ ਥੋੜ੍ਹੀ ਚਾਹੁੰਦਾ ਵੀ ਮੈਂ ਕਿੱਕਰ ਵੱਢ ਕੇ ਲਿਆਵਾਂ ਅਤੇ ਕਿੱਕਰ ਦੀ ਅੱਗ ਬਾਲਾਂ ਅਤੇ ਕਿੱਕਰ ਦੇ ਕੰਡੇ ਆਪਣੇ ਹੱਥਾਂ ਵਿੱਚ ਵਜਾਵਾਂ। ਬਾਹਮਣ ਨੂੰ ਤਾਂ ਸੌਖਾ ਹੈ ਵੀ ਪਿੱਪਲ ਦਾ ਕਿਹੜਾ ਕੋਈ ਕੰਡਾ, ਨਾਲੇ ਸੁੱਕਦਾ ਬੜੀ ਛੇਤੀ ਹੈ, ਬਲਦਾ ਬੜਾ ਸੋਹਣਾ, ਉਹਦੀ ਹਵਾ ਵੀ ਚੰਗੀ ਹੈ, ਉਹਦਾ ਧੂੰਆਂ ਵੀ ਚੰਗਾ। ਅਤੇ ਬਾਹਮਣ ਬੜਾ ਸ਼ਰਾਰਤੀ, ਉਹਨੇ ਗ੍ਰੰਥਾਂ ਵਿੱਚ ਲਿਖ ਦਿੱਤਾ ਵੀ ਪਿੱਪਲ ਵੱਲ ਨਾ ਕੋਈ ਜਾਵੇ ਭਾਈ, ਪਾਪ ਲੱਗੇਗਾ। ਬਾਹਮਣ ਜਾਵੇਗਾ ਫਿਰ ਨਹੀਂ ਲੱਗੇਗਾ, ਦੂਜਿਆਂ ਲੋਕਾਂ ਨੂੰ ਲੱਗੇਗਾ। ਵਿਦਵਾਨ ਨੇ ਲਿਖਿਆ ਵੀ ਘਰ ਵਿੱਚ ਪਿੱਪਲ ਹੋਵੇ ਤਾਂ ਬੜਾ ਚੰਗਾ, ਉਹਦਾ ਕਾਰਨ ਇਹ ਹੈ ਵੀ ਇੱਕ ਤਾਂ ਉਹ ਆਕਸੀਜਨ ਦਿੰਦਾ ਹੈ, ਦੂਜੀ ਗੱਲ ਇਹ ਹੈ ਵੀ ਜਿਹੜਾ ਪਿੱਪਲ ਹੈ ਗੁਰਮੁਖੋ, ਉਹਦੇ ਪੱਤਿਆਂ ਦਾ ਜਿਹੜਾ ਰਸ ਹੈ ਨਾ ਉਹ ਬੜਾ ਲਾਭਦਾਇਕ ਮੰਨਿਆ ਹੈ, ਬੜੀਆਂ ਬਿਮਾਰੀਆਂ ਦਾ ਉਹ ਇਲਾਜ ਕਰਦਾ। ਦਿਲ ਦੀਆਂ ਬਿਮਾਰੀਆਂ ਪਿੱਪਲ ਦੇ ਪੱਤੇ ਦੇ ਰਸ ਤੋਂ ਠੀਕ ਹੋ ਜਾਂਦੀਆਂ। ਸੱਟ ਲੱਗ ਜਾਵੇ ਨਾ ਆਪਾਂ ਡਾਕਟਰ ਕੋਲ ਜਾਂਦੇ, ਉਹ ਪੈਨਸਲੀਨ ਦਾ ਟੀਕਾ ਲਾਉਂਦਾ, ਅਤੇ ਜਿੰਨੀ ਪੈਨਸਲੀਨ ਪਿੱਪਲ ਵਿੱਚ ਮੰਨੀ ਹੈ ਕਿਸੇ ਰੁੱਖ ਵਿੱਚ ਵੀ ਨਹੀਂ ਮੰਨੀ ਹੈ। ਤਾਂ ਉਹਨੇ ਆਖਿਆ ਵੀ ਇਹ ਪਿੱਪਲ ਦਾ ਰੁੱਖ ਹੋਣਾ ਚੰਗੀ ਗੱਲ ਹੈ, ਇਹਦੇ ਤੋਂ ਇਹ ਗੁਣ ਮਿਲਦੇ ਨੇ, ਚੰਗਾ ਚੰਗੀ ਹਵਾ ਮਿਲ ਗਈ ਹੈ, ਦਿਲ ਦੀਆਂ ਬਿਮਾਰੀਆਂ ਠੀਕ ਹੋ ਗਈਆਂ, ਪੈਨਸਲੀਨ ਉਹ ਦਿੰਦਾ ਪਿਆ ਜਿਹਦੇ ਘਰ, ਇਹ ਹੈ ਸਮਝ ਲਓ ਵੀ ਸਵਰਗ ਦਾ ਇੱਕ ਸੁੱਖ ਤਾਂ ਉਹਦੇ ਕੋਲ ਹੈ। ਅਤੇ ਦੂਜਾ ਸੁੱਖ ਲਿਖਿਆ ਸੁਪੁੱਤ ਘਰ, ਜੇ ਘਰ ਵਿੱਚ ਆਗਿਆ ਮੰਨਣ ਵਾਲਾ ਪੁੱਤਰ ਹੈ ਨਾ, ਵੀ ਤੁਸੀਂ ਕਹਿ ਦਿੱਤਾ ਵੀ ਪੁੱਤਰ ਆਹ ਕੰਮ ਕਰਨਾ, ਅਤੇ ਉਹਨੇ ਅੱਗੋਂ ਕਹਿ ਦਿੱਤਾ ਵੀ ਸੱਤ ਬਚਨ ਪਿਤਾ ਜੀ ਮੈਂ ਕਰਦਾ ਹਾਂ, ਅਤੇ ਸਮਝ ਲਾ ਵੀ ਸਵਰਗ ਦਾ ਦੂਜਾ ਸੁੱਖ ਵੀ ਤੇਰੇ ਘਰ ਵਿੱਚ ਹੀ ਹੈ, ਜਿਹੜਾ ਤੇਰੇ ਘਰ ਵਿੱਚ ਸਰਵਣ ਵਰਗਾ ਪੁੱਤਰ ਹੈ ਵੀ ਤੇਰੀ ਗੱਲ ਮੰਨਦਾ ਪਿਆ ਹੈ, ਤੇਰੀ ਆਗਿਆ ਦੇ ਵਿੱਚ ਹੈ, ਕਦੇ ਨਾ ਨਹੀਂ ਕਰਦਾ। ਇਹ ਦੂਜਾ ਬਚਨ ਲਿਖਿਆ ਹੈ। ਅਤੇ ਤੀਜਾ ਸਵਰਗ ਦਾ ਸੁੱਖ ਲਿਖਿਆ ਹੈ ਘਰ ਸਤਵੰਤੀ ਨਾਰ, ਨਾਰ ਇਸਤਰੀ, ਜੇ ਘਰ ਵਿੱਚ ਘਰ ਵਾਲੀ ਔਰਤ ਆਗਿਆ ਮੰਨਣ ਵਾਲੀ ਹੈ ਨਾ, ਕਹਿਣਾ ਮੰਨਣ ਵਾਲੀ ਹੈ, ਅਤੇ ਪ੍ਰਸ਼ਾਦਾ ਪਾਣੀ ਗਰਮ ਲਾ ਕੇ ਛਕਾਉਣ ਵਾਲੀ ਹੈ, ਅਤੇ ਘਰ ਨੂੰ ਸਾਂਭਣ ਵਾਲੀ ਹੈ, ਅਤੇ ਸਮਝ ਲਾ ਵੀ ਤੀਜਾ ਘਰ ਤੀਜਾ ਸੁੱਖ ਸਵਰਗ ਦਾ ਤੇਰੇ ਘਰ ਵਿੱਚ ਹੀ ਹੈ। ਭਗਤ ਧੰਨਾ ਜੀ ਨੇ ਐਵੇਂ ਥੋੜ੍ਹੀ ਲਿਖਿਆ ਹੈ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਇੱਥੇ ਤਾਂ ਭਗਤਾਂ ਦੇ ਵੀ ਕੰਨਾਂ ਨੂੰ ਹੱਥ ਲੱਗੇ ਪਏ, ਕਹਿਣ ਲੱਗਾ ਮਹਾਰਾਜ ਇੰਨੇ ਸੁੱਖ ਦੇ ਦਿੱਤੇ ਨੇ ਪਰ ਘਰ ਵਾਲੀ ਵੀ ਚੰਗੀ ਮਿਲੇ, ਮਾੜੀ ਨਾ ਮਿਲੇ। ਇਹ ਤੀਜਾ ਸੁੱਖ ਮੰਨਿਆ ਹੈ ਵੀ ਸਵਰਗਾਂ ਦੇ ਵਿੱਚ ਜਾਣਾ ਚਾਹੁੰਦਾ, ਅਤੇ ਤੀਜਾ ਸੁੱਖ ਇਹ ਹੈ ਵੀ ਘਰ ਵਾਲੀ ਦਾ ਸੁਭਾਅ ਚੰਗਾ, ਮਾਂ ਬਾਪ ਨੂੰ ਸਾਂਭਣ ਵਾਲੀ ਇੱਜ਼ਤਦਾਰ, ਇਹ ਤੀਜਾ ਸੁੱਖ ਮੰਨਿਆ। ਅਤੇ ਚੌਥਾ ਬਚਨ ਉਹਨੇ ਲਿਖਿਆ ਚੌਥੇ ਉੱਜਲ ਕੱਪੜੇ, ਜੇ ਤੇਰੇ ਤਨ ਦੇ ਕੱਪੜੇ ਸਾਫ਼ ਨੇ ਨਾ ਚੌਥਾ ਸਵਰਗਾਂ ਦਾ ਸੁੱਖ ਤੇਰੇ ਕੋਲ ਹੈ, ਕਿਉਂਕਿ ਮੈਲੇ ਕੱਪੜੇ ਤੋਂ ਬਿਮਾਰੀ ਲੱਗਦੀ ਹੈ ਅਤੇ ਸਾਫ਼ ਕੱਪੜੇ ਤੋਂ ਨਹੀਂ ਲੱਗਦੀ। ਸਾਫ਼ ਕੱਪੜਾ ਆਪਣਾ ਕੋਈ ਮਰੀਜ਼ ਦਾਖਲ ਹੋ ਜਾਵੇ ਨਾ, ਡਾਕਟਰ ਆਖਦੇ ਨਾ ਵਾਰ ਵਾਰ ਪੋਚਾ ਲਾਓ ਭਾਈ, ਕੋਈ ਨਹੀਂ ਮਿਲਣ ਆ ਸਕਦਾ, ਸਾਰੇ ਬਾਹਰ ਬੈਠ ਜਾਓ, ਜਿੰਨੇ ਆਉਣਾ ਉਹ ਸਾਡੇ ਕੱਪੜੇ ਇੱਥੋਂ ਪਾ ਕੇ ਅੰਦਰ ਜਾਓ।
ਉਹ ਡਾਕਟਰ ਕਮਲੇ ਥੋੜ੍ਹੀ ਨੇ, ਉਹਨਾਂ ਨੂੰ ਪਤਾ ਵੀ ਇਹਨਾਂ ਦੇ ਨਾਲ ਬੈਕਟੀਰੀਆ ਆਉਣਗੇ, ਕਈ ਤਰ੍ਹਾਂ ਦੇ ਕੀਟਾਣੂ, ਪਤਾ ਨਹੀਂ ਕਦੋਂ ਦਾ ਨਹਾਤਾ ਹੈ, ਕਦੋਂ ਦਾ ਇਹਨੇ ਬ੍ਰਸ਼ ਕੀਤਾ, ਕਦੋਂ ਦੇ ਇਹਨੇ ਕੱਪੜੇ ਪਾਏ ਨੇ। ਉਹ ਰੋਕ ਦਿੰਦੇ ਵੀ ਨਹੀਂ, ਮੈਲੇ ਕੱਪੜੇ ਜਾਂ ਬਾਹਰਲਾ ਵਿਅਕਤੀ ਅੰਦਰ ਨਹੀਂ ਜਾਣਾ ਚਾਹੀਦਾ। ਇਹ ਸਵਰਗਾਂ ਦਾ ਚੌਥਾ ਸੁੱਖ ਲਿਖਿਆ ਵੀ ਜੇ ਸਾਫ਼ ਕੱਪੜੇ ਤੁਸੀਂ ਤਨ ਵਿੱਚ ਪਾਏ ਨੇ ਤਾਂ ਸਮਝ ਲਓ ਬੰਦਿਆ ਵੀ ਤੇਰੇ ਘਰ ਵਿੱਚ ਤਾਰੇ ਸੁੱਖ ਨੇ ਅਤੇ ਤੂੰ ਸਵਰਗਾਂ 'ਚ ਹੀ ਬੈਠਾ, ਇਹਦੇ ਤੋਂ ਪਰਾਂ ਹੋਰ ਕੋਈ ਸਵਰਗ ਨਹੀਂ ਗਾਏਗਾ। ਅਤੇ ਚਾਰ ਹੀ ਉਹਨੇ ਫਿਰ ਨਰਕਾਂ ਦੇ ਦੁੱਖ ਵੀ ਲਿਖੇ ਨੇ। ਪਹਿਲਾ ਦੁੱਖ ਉਹਨੇ ਲਿਖਿਆ ਵੀ ਕਿੱਕਰ ਘਰ, ਜਿਹੜੇ ਬੰਦੇ ਨੇ ਘਰ ਵਿੱਚ ਕਿੱਕਰ ਬੀਜ ਲਿਆ ਜਾਂ ਬੇਰੀ ਬੀਜ ਲਈ, ਸਮਝ ਲਓ ਵੀ ਨਰਕਾਂ 'ਚ ਬੈਠਾ ਹੈ। ਜਦੋਂ ਵੀ ਲੰਘੇਗਾ ਪੱਗ ਪਹਿਲਾਂ ਉਹਨੇ ਲਾ ਦੇਣੀ ਹੈ, ਕੰਡਿਆਂ ਨੇ ਪੱਗ ਹੀ ਲਾ ਦੇਣੀ ਹੈ। ਅਤੇ ਕਦੇ ਕੰਡੇ ਪੈਰ 'ਚ ਵੱਜ ਗਏ, ਕਦੇ ਉਹਦੀ ਲੁੰਗ ਡਿੱਗ ਪਈ, ਉਹਨੇ ਦੁੱਖ ਹੀ ਦੇਣਾ ਹੈ। ਘਰ ਵਿੱਚ ਕਿੱਕਰ ਹੈ ਅਤੇ ਸਮਝ ਲਾ ਵੀ ਨਰਕਾਂ ਦੀ ਇੱਕ ਨਿਸ਼ਾਨੀ 'ਤੇ ਬਿਠਾਈ ਬੈਠਾ ਹੈ। ਅਤੇ ਇੱਕ ਪੁੱਤ ਘਰ, ਜੇ ਮਾੜਾ ਪੁੱਤਰ ਜੰਮ ਪਿਆ ਵੀ ਰੋਜ਼ ਹੀ ਲਾਮਾ ਲੈ ਕੇ ਆਵੇ, ਲੋਕਾਂ ਨੂੰ ਰੋਜ਼ ਗਾਲਾਂ ਦੇ ਕੇ ਆਵੇ, ਸ਼ਰਾਬ ਵੀ ਪੀਵੇ, ਮੀਟ ਵੀ ਖਾਵੇ, ਮਾਂ ਬਾਪ ਨੂੰ ਵੀ ਕੁੱਟੇ, ਦੁੱਖ ਦੇਵੇ, ਘਰ ਦੀਆਂ ਵਸਤੂਆਂ ਹੀ ਬਾਹਰ ਜਾ ਕੇ ਵੇਚੀ ਜਾਵੇ, ਤਾਂ ਫਿਰ ਉਹ ਘਰ ਨਰਕੀ ਹੋ ਗਿਆ ਨਾ, ਸਵਰਗ ਕਾਹਦਾ ਰਹਿ ਗਿਆ। ਫਿਰ ਇਹ ਵੀ ਤਾਂ ਮਾੜੀ ਨਿਸ਼ਾਨੀਆਂ ਨੇ, ਮਾੜਾ ਪੁੱਤਰ ਵੀ ਨਹੀਂ ਹੋਣਾ ਚਾਹੀਦਾ। ਅਤੇ ਤੀਜਾ ਬਚਨ ਉਹਨਾਂ ਵਿਦਵਾਨਾਂ ਨੇ ਲਿਖਿਆ ਵੀ ਘਰ ਦੇ ਵਿੱਚ ਘਰ ਕੁਲੈਣੀ ਨਾਰ, ਜੇ ਮਾੜੀ ਜਨਾਨੀ ਟੱਕਰ ਜਾਵੇ ਅਤੇ ਫਿਰ ਉਹ ਘਰ ਹੀ ਨਰਕ ਵਰਗਾ ਹੀ ਹੈ, ਜਿਹਨੇ ਘਰ ਹੀ ਬਰਬਾਦ ਕਰ ਦੇਣਾ, ਉਹਨੇ ਪਰਿਵਾਰ ਸਾਰਾ ਖੇਰੂੰ ਖੇਰੂੰ ਕਰ ਦਿੱਤਾ, ਕਿਸੇ ਨੂੰ ਉੱਥੋਂ ਰੋਟੀ ਚਾਹ ਦੀ ਉਮੀਦ ਨਹੀਂ ਹੈ। ਅਤੇ ਕਹਿਣ ਲੱਗੇ ਸਮਝ ਲਾ ਵੀ ਉਹ ਬੰਦੇ ਦਾ ਘਰ ਨਰਕੀ ਹੈ। ਅਤੇ ਚੌਥਾ ਬਚਨ ਉਹਨੇ ਲਿਖਿਆ ਚੌਥੇ ਮੈਲੇ ਕੱਪੜੇ, ਜਿਹਨੂੰ ਕੱਪੜੇ ਧੋਤੇ ਨਹੀਂ ਮਿਲਦੇ, ਕੱਪੜਿਆਂ ਵਿੱਚ ਤੰਦ ਮੈਲ ਹੀ ਪੈ ਗਈ ਹੈ, ਪਤਾ ਨਹੀਂ ਕਦੋਂ ਦੇ ਪਾਏ, ਉਹ ਸਪਰਿੰਗ ਦੇ ਵਾਂਗ ਇਕੱਠੇ ਹੋਏ ਪਏ। ਕਹਿਣ ਲੱਗੇ ਇਹੋ ਜਿਹੇ ਕੱਪੜੇ ਮੈਲੇ ਪਾਏ ਨੇ, ਸਮਝ ਲਾ ਵੀ ਇਹ ਵੀ ਨਰਕ ਦੀ ਨਿਸ਼ਾਨੀ ਹੈ, ਬਿਮਾਰੀ ਦੀ ਨਿਸ਼ਾਨੀ, ਮੈਲੇ ਕੱਪੜਿਆਂ ਤੋਂ ਬਿਮਾਰੀ ਲੱਗੇਗੀ। ਨਰਕ ਨਿਸ਼ਾਨੀ ਚਾਰ ਹੀ ਚਾਰ ਨਰਕ ਦੀਆਂ ਨਿਸ਼ਾਨੀਆਂ। ਪਰ ਗੁਰਮੁਖੋ, ਗੁਰੂ ਹਰ ਰਾਏ ਪਾਤਸ਼ਾਹ ਦੀ ਬੜੀ ਮਹਿਮਾ ਹੈ ਵੀ ਆਗਿਆਕਾਰੀ ਪੁੱਤਰ ਨੇ। ਮਹਾਰਾਜ ਨੇ ਆਖਿਆ ਜਦੋਂ ਵੀ ਚੱਲਣਾ ਹੈ ਆਪਣੇ ਚੋਲੇ ਨੂੰ ਸੰਕੋਚ ਕੇ ਚੱਲਿਓ, ਐਸਾ ਬਚਨ ਮੰਨਿਆ। ਮਹਾਰਾਜ ਸਾਹਿਬ ਜੀ ਨੇ ਕਦੇ ਵੀ ਆਪਣੇ ਚੋਲੇ ਨੂੰ ਖੁੱਲ੍ਹਾ ਛੱਡ ਕੇ ਨਹੀਂ ਤੁਰੇ, ਜਦੋਂ ਵੀ ਚੱਲਣਾ ਆਪਣੇ ਕੱਪੜਿਆਂ ਨੂੰ ਸੰਕੋਚ ਲੈਣਾ ਕਿ ਮੇਰੇ ਦਾਦਾ ਸਤਿਗੁਰੂ ਦੇ ਬਚਨ ਨੇ ਮੰਨਣੇ ਨੇ, ਇਹਨਾਂ ਨੂੰ ਛੱਡਣਾ ਨਹੀਂ ਹੈ। ਇਸ ਤਰ੍ਹਾਂ ਦਾ ਸੁਭਾਅ ਹੈ, ਇਸ ਤਰ੍ਹਾਂ ਦਾ ਜੀਵਨ ਹੈ ਧੰਨ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਦਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸੰਸਾਰ ਵਿੱਚ ਕਈ ਕਾਰਜ ਕੀਤੇ ਆਪ ਜੀ ਨੇ, ਅਤੇ ਕਈਆਂ ਸਿੱਖਾਂ ਦਾ ਭਲਾ ਕੀਤਾ। 2200 ਘੋੜ ਸਵਾਰ ਆਪਣੇ ਨਾਲ ਰੱਖਦੇ ਬਾਦਸ਼ਾਹ ਔਰੰਗਜ਼ੇਬ ਨੇ ਸਤਿਗੁਰੂ ਗੁਰੂ ਹਰ ਰਾਏ ਪਾਤਸ਼ਾਹ ਦੇ ਉੱਪਰ 17 ਵਾਰੀ ਫੌਜ ਭੇਜੀ ਹੈ, ਜਾਓ ਲੈ ਕੇ ਆਓ, ਜਾਓ ਲੈ ਕੇ ਆਓ। ਜਦੋਂ ਫੌਜ ਚੜ੍ਹ ਕੇ ਆਇਆ ਕਰੇ ਕੀਰਤਪੁਰ ਸਾਹਿਬ ਦੇ ਰਸਤੇ ਨੂੰ ਫੌਜ ਚੱਲਿਆ ਕਰੇ ਤਾਂ ਅੰਨੇ ਹੋ ਜਾਇਆ ਕਰ, ਵੇਖਿਆ ਨਹੀਂ ਇੱਥੇ ਜ਼ੋਰ ਨਹੀਂ ਚੱਲੇਗਾ। ਵਾਪਸ ਮੁੜੇ, ਫਿਰ ਸੇਵਕ ਬਣ ਕੇ ਆਏ, ਮਹਾਰਾਜ ਅਸੀਂ ਦਰਸ਼ਨ ਕਰਨ ਵਾਸਤੇ ਆ ਰਹੇ, ਸਾਨੂੰ ਆਉਣ ਦਿਓ। ਫਿਰ ਆ ਕੇ ਕੀਰਤਪੁਰ ਸਾਹਿਬ ਪਹੁੰਚੇ ਸਨ। ਇਸ ਤਰ੍ਹਾਂ ਦੀ ਉਪਮਾ ਹੈ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਦੀਆਂ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 31 ਸਾਲ ਅਤੇ 9 ਮਹੀਨੇ ਦੀ ਉਮਰਾਂ ਤਨ ਕਰਕੇ ਮਾਣੀ ਹੈ। ਮਹਾਰਾਜ 31 ਸਾਲਾਂ ਦੇ ਸਨ, ਕੁੱਲ ਉਮਰਾਂ 31 ਸਾਲ 9 ਮਹੀਨੇ ਅਤੇ 2 ਦਿਨ ਦੀ ਲਿਖੀ ਹੈ ਗ੍ਰੰਥਕਾਰਾਂ ਨੇ। ਇੰਨੀ ਕੁੱਲ ਉਮਰਾਂ ਸੀ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਦੀ। ਉਹਦੇ ਵਿੱਚੋਂ 23 ਸਾਲ 7 ਮਹੀਨੇ ਅਤੇ 18 ਦਿਨ ਮਹਾਰਾਜ ਗੁਰਤਾ ਗੱਦੀ 'ਤੇ ਰਹਿ, ਮਹਾਰਾਜ ਨੇ 23 ਸਾਲ ਅਤੇ ਇਸੇ ਤਰ੍ਹਾਂ 23 ਸਾਲਾਂ ਦੇ ਉੱਪਰ 7 ਮਹੀਨੇ ਅਤੇ 18 ਦਿਨ, ਆਪਾਂ 7.5 ਮਹੀਨੇ ਹੀ ਮੰਨ ਕੇ ਚੱਲੀਏ,
ਇੰਨਾ ਸਮਾਂ ਆਪ ਨੇ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਹੋਣਾ ਕੀਤਾ ਹੈ। ਔਰੰਗਜ਼ੇਬ ਨੇ ਆਪਣੇ ਭਰਾ ਨੂੰ ਨਾ ਦਾਰਾਸਕੋ ਨੂੰ ਸ਼ੇਰ ਦੀ ਮੁੱਛ ਦਾ ਵਾਲ ਦੇ ਦਿੱਤਾ ਵੀ ਉਹ ਗਲਦਾ ਨਹੀਂ ਹੈ ਅਤੇ ਅੰਦਰੋਂ ਅੰਦਰ ਹੀ ਮਰ ਜਾਏਗਾ। ਜਦੋਂ ਬਿਮਾਰ ਹੋ ਗਿਆ ਤਾਂ ਉਸ ਵੇਲੇ ਵੈਦਾਂ ਨੇ ਆਖਿਆ ਵੀ ਇੱਕ ਖਾਸ ਤਰ੍ਹਾਂ ਦੀ ਹੜ ਅਤੇ ਖਾਸ ਤਰ੍ਹਾਂ ਦਾ ਇੱਕ ਲੌਂਗ ਦੱਸੀ ਉਹਦੀ ਨਸਲ, ਵੀ ਇਸ ਨਸਲ ਦਾ ਉਹ ਮਿਲੇਗਾ ਅਤੇ ਇਹ ਤਾਂ ਸ਼ੇਰ ਦਾ ਵਾਲ ਗਲ ਸਕਦਾ ਤਾਂ ਇਹ ਬਚੇਗਾ। ਅਤੇ ਪਤਾ ਕੀਤਾ ਅਤੇ ਫਿਰ ਪਤਾ ਲੱਗਾ ਵੀ ਉਹ ਖਾਸ ਕਿਸਮ ਦੀ ਹੜ ਅਤੇ ਜਿਹੜਾ ਲੌਂਗ ਹੈ ਨਾ, ਗੁਰੂ ਹਰ ਰਾਏ ਪਾਤਸ਼ਾਹ ਨੇ 9 ਲੱਖਾਂ ਬਾਗ ਲਵਾਇਆ। ਅੱਜ ਵੀ ਕੀਰਤਪੁਰ ਸਾਹਿਬ ਜਾਓਗੇ 9 ਲੱਖੇ ਬਾਗ ਦੇ ਦਰਸ਼ਨ ਹੁੰਦੇ। ਲਵਾਇਆ ਉੱਥੇ ਆ ਕੇ ਬਾਦਸ਼ਾਹ ਦੇ ਵਜ਼ੀਰਾਂ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਸ਼ੇਰ ਦੀ ਮੁੱਛ ਦਾ ਵਾਲ ਅੰਦਰ ਚਲੇ ਗਿਆ, ਮਰ ਜਾਏਗਾ, ਆਪ ਕਿਰਪਾ ਕਰੋ ਸਾਨੂੰ ਇਹ ਦਾਤਾਂ ਦੇ ਦਿਓ। ਅਤੇ ਪਾਤਸ਼ਾਹ ਨੇ ਸਿੱਖਾਂ ਨੂੰ ਭੇਜਿਆ, ਕਹਿਣ ਲੱਗੇ ਜਾਓ ਭਾਈ ਜਿਹੜੀ ਹਰੜ ਮੰਗਦੇ ਨੇ, ਜਿਹੜਾ ਲੌਂਗ ਮੰਗਦੇ, ਦਿਓ ਇਹਨਾਂ ਨੂੰ ਲਿਜਾ ਕੇ। ਮਹਾਰਾਜ ਨੇ ਇਹ ਨਹੀਂ ਵੇਖਿਆ ਵੀ ਔਰੰਗਜ਼ੇਬ ਵਰਗਿਆਂ ਨੇ ਸਾਡੇ ਘਰ ਦੇ ਉੱਪਰ ਇੰਨੀ ਚੜ੍ਹਾਈ ਕਰਨੀ ਹੈ, ਮਹਾਰਾਜ ਤਾਂ ਜਾਣੀ ਜਾਣ ਸਨ ਵੀ ਇਹ ਕੁਝ ਕਰਨਾ ਨਹੀਂ, ਕਿਸੇ ਵੈਰ ਨੂੰ ਨਹੀਂ ਚਿਤਾ ਰਿਹਾ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆ। ਇਸ ਤਰ੍ਹਾਂ ਮਹਾਰਾਜ ਦੀਆਂ ਨੇ ਫਿਰ ਉਹ ਭੇਜੀਆਂ ਵਸਤੂਆਂ ਅਤੇ ਉਸ ਬੱਚੇ ਦਾ ਇਲਾਜ ਹੋਇਆ ਅਤੇ ਉਹ ਬਚ ਗਿਆ। ਗੁਰਮੁਖੋ, ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਦਾ ਅੱਜ ਗੁਰਤਾ, ਅੱਜ ਪ੍ਰਕਾਸ਼ ਦਿਹਾੜਾ ਸਾਨੂੰ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੂੰ ਮਹਾਰਾਜ ਦੇ ਅਵਤਾਰ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਸਕੱਤਰ ਸਾਹਿਬ ਆਪ ਸੰਗਤਾਂ ਨੂੰ ਦੱਸ ਰਹੇ ਨੇ, ਆਪ ਸਰਵਣ ਕਰੋ, ਉਪਰੰਤ ਸਮਾਪਤੀ ਹੋਵੇਗੀ। ਭੁੱਲਾਂ ਚੁੱਕਾਂ ਦੀ ਮੁਆਫੀ, ਲਿਖੈ ਕਤੈ ਨਾ ਛੁਟੀਐ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜੁਗੋ ਜੁਗ ਅਟਲ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ, ਚਵਰ ਛਤਰ ਦੇ ਮਾਲਿਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ। ਵਾਹਿਗੁਰੂ ਜੀ ਕਾ ਖਾਲਸਾ।